ਇਹਦੀ ਅਨੰਦਪੁਰ ਸਾਹਿਬ ਜੀ ਦੀ ਧਰਤੀ 'ਤੇ ਰੱਖਣਾ ਕੀਤਾ, ਜਿੱਥੇ ਸਤਿਗੁਰੂ ਜੀ ਨੇ ਉਸ ਪਾਪ ਨੂੰ ਪਵਿੱਤਰ ਅਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੀ ਪਾਪ ਧਰਤੀ ਤੋਂ ਆਪਣੇ ਗੁਰਸਿੱਖਾਂ ਨੂੰ ਠੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ, ਪੰਜ ਤਕਾਰਾਂ ਦੀ ਰਹਿਤ ਦੀ ਦਾਤ ਬਖਸ਼ਿਸ਼ ਕੀਤੀ, ਪੰਜ ਬਾਣੀਆਂ ਦੇ ਤਨੇਕ ਦੀ ਬਖਸ਼ਿਸ਼ ਕੀਤੀ। ਉੱਥੇ ਸਤਿਗੁਰੂ ਮਹਾਰਾਜ ਜੀ ਨੇ ਖਾਲਸੇ ਦੇ ਅੰਦਰ ਭਗਤੀ ਅਤੇ ਸ਼ਕਤੀ ਦਾ ਸੰਚਾਰ ਕਰਦਿਆਂ ਹੋਇਆਂ ਸ਼ਸਤਰ ਵਿੱਦਿਆ ਦੇ ਮਹਾਨ ਕਰਤੱਵ ਖਾਲਸੇ ਨੂੰ ਕਰਵਾਉਂਦਿਆਂ ਹੋਇਆਂ ਹੋਲੇ ਮਹੱਲੇ ਦੇ ਮਹਾਨ ਜੋੜ ਮੇਲੇ ਵੀ ਉਸੇ ਅਸਥਾਨ 'ਤੇ ਸਤਿਗੁਰੂ ਜੀ ਨੇ ਮਨਾਉਣ ਦੀ ਆਗਿਆ ਕੀਤੀ। ਸਤ ਸੰਗਤ ਜੀ, ਹੋਲੇ ਮਹੱਲੇ ਦਾ ਦੀਵਾਨ ਸਜਿਆ ਹੋਇਆ ਹੈ। ਅੰਮ੍ਰਿਤ ਵੇਲੇ ਰਾਗੀ ਸਿੰਘ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਬੜੀ ਸ਼ਰਧਾ ਨਾਲ ਕੀਰਤਨ ਸੰਗਤਾਂ ਨੂੰ ਸ੍ਰੀ ਆਸਾ ਜੀ ਦੀ ਵਾਰ ਦਾ ਸਰਵਣ ਕਰਵਾ ਰਹੇ ਹਨ। ਦਮਦਮੀ ਟਕਸਾਲ ਦੇ ਇਤਿਹਾਸ ਦਾ ਇੱਕ ਵਿਸ਼ੇਸ਼ ਪਿਛੋਕੜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ ਨਾਲ ਵੀ ਜੁੜਿਆ ਹੋਇਆ ਹੈ। ਅੱਜ ਆਪਾਂ ਸਥਾਪਨਾ ਦਿਹਾੜਾ ਮਨਾ ਰਹੇ ਹਾਂ, ਉਸ ਵਿਚਾਰ ਨੂੰ ਕਰਨਾ ਵੀ ਅਤਿ ਜ਼ਰੂਰੀ ਹੈ। ਇਸ ਲਈ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਅੰਮ੍ਰਿਤ ਵੇਲੇ ਜਦੋਂ ਦੀਵਾਨ ਵਿੱਚ ਸਜੇ ਹੋਏ ਹਨ ਤਾਂ ਦੂਰ ਥੋੜ੍ਹੀ ਦੂਰੀ 'ਤੇ ਇੱਕ ਸਿੱਖ ਪ੍ਰੇਮ ਮੁਗਨ ਹੋ ਕਰਕੇ ਆਪਣੀ ਲਿਵ ਵਿੱਚ ਲੱਗਾ ਹੋਇਆ ਪੰਜ ਗ੍ਰੰਥੀ ਬਾਣੀ ਦਾ ਪਾਠ ਕਰ ਰਿਹਾ ਹੈ। ਪਾਠ ਕਰਦੇ ਜਦੋਂ ਦੱਖਣੀ ਓਮਕਾਰ ਦੀ ਬਾਣੀ ਦਾ ਸਿੱਖ ਪਾਠ ਕਰਦਾ ਕਰਦਾ ਇਹਨਾਂ ਪੰਕਤੀਆਂ 'ਤੇ ਅੱਪੜਦਾ ਹੈ, ਕਰਦੇ ਕੀਮਤ ਕਰਦਾ ਜਾਣਾ ਹੈ, ਕਹਿ ਜਾਣਾ ਗੁਰਸੂਰਾ, ਕਹਿ ਕੇ ਦੋ ਦਲਾਵਾਂ ਲੱਗੀਆਂ ਹੋਈਆਂ ਹਨ ਪਰ ਸਿੱਖ ਉੱਚੀ ਧੁਨ ਵਿੱਚ ਆਪਣੀ ਮਸਤੀ ਵਿੱਚ ਕਹਿ ਕੇ ਪੜ ਜਾਂਦਾ, ਇੱਕ ਨਾਮ ਨੂੰ ਛੱਡ ਜਾਂਦਾ ਹੈ, ਇੱਕੋ ਨਾਮ ਦਾ ਉਚਾਰਨ ਕਰਦਾ ਹੈ। ਸਤਿਗੁਰੂ ਜੀ ਉੱਚੀ ਧੁਨ ਵਿੱਚ ਸਿੱਖ ਨੂੰ ਆਵਾਜ਼ ਮਾਰ ਕੇ ਆਖਦੇ ਹੈ, ਸਿੰਘਾ ਬਾਣੀ ਦਾ ਸ਼ੁੱਧ ਉਚਾਰਨ ਕਰ, ਇੱਥੇ ਕੇ ਨਹੀਂ ਤਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਇੱਥੇ ਕਹਿ ਸ਼ਬਦ ਬੁਲਾਵਾਂ ਵਰਤੀਆਂ ਹਨ। ਦੂਸਰੀ ਵਾਰੀ ਫਿਰ ਕਿਹਾ ਪਰ ਸਿੱਖ ਨੇ ਸਤਿਗੁਰੂ ਜੀ ਦੇ ਬਚਨਾਂ ਨੂੰ ਸੁਣਿਆ ਹੋਇਆ ਵੀ ਅਣਸੁਣਿਆ ਕਰ ਦਿੱਤਾ, ਧਿਆਨ ਨਾ ਦਿੱਤਾ। ਤਾਂ ਉਸੇ ਵਕਤ ਭਾਈ ਆਲਮ ਸਿੰਘ ਜੀ ਨੂੰ ਸਤਿਗੁਰੂ ਜੀ ਨੇ ਆਪਣੇ ਪਾਸ ਬੁਲਾਇਆ, ਕਹਿਣ ਲੱਗੇ ਉਹ ਜਿਹੜਾ ਸਾਹਮਣੇ ਸਿੱਖ ਦੱਖਣੀ ਓਮਕਾਰ ਬਾਣੀ ਦਾ ਪਾਠ ਕਰ ਰਿਹਾ ਹੈ, ਉਹ ਗੁਰਬਾਣੀ ਦੀਆਂ ਲਗਾ ਮਾਤਰਾ ਦਾ ਸਾਡੇ ਕਹਿਣ ਦੇ ਬਾਵਜੂਦ ਵੀ ਉਚਾਰਨ ਗਲਤ ਕਰ ਰਿਹਾ, ਉਸ ਨੂੰ ਜਾ ਕੇ ਤਾੜ ਨਾ ਕਰੋ। ਭਾਈ ਆਲਮ ਸਿੰਘ ਜੀ ਨੇ ਜੋ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਜਦੋਂ ਭਾਈ ਆਲਮ ਸਿੰਘ ਜੀ ਨੇ ਜਾ ਕੇ ਤਾੜਨਾ ਕੀਤੀ ਤਾਂ ਉਸ ਵਕਤ ਸਿੰਘ ਉੱਠ ਕੇ ਸਤਿਗੁਰੂ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆਉਂਦਾ ਹੈ, ਨਿਤਨੇਮ ਦੀ ਸਮਾਪਤੀ ਕਰਕੇ ਉਧਰ ਆਸਾ ਜੀ ਦੀ ਵਾਰ ਦਾ ਪਾਠ ਕੀਰਤਨ ਰੂਪ ਦੇ ਸੰਪੂਰਨ ਹੋ ਜਾਂਦਾ ਹੈ। ਆਸਾ ਜੀ ਦੀ ਵਾਰ ਦੇ ਸੰਪੂਰਨਤਾ ਤੋਂ ਉਪਰੰਤ ਅਰਦਾਸ ਹੁੰਦੀ ਹੈ, ਦੇਖ ਵਰਤਦੀ ਹੈ, ਸਿੱਖ ਫਰਿਆਦ ਲੈ ਕੇ ਸਤਿਗੁਰੂ ਜੀ
ਚਰਨਾਂ ਵਿੱਚ ਆਉਂਦਾ ਹੈ ਔਰ ਸਤਿਗੁਰੂ ਜੀ ਨੂੰ ਬੇਨਤੀ ਕਰਦਾ ਉਹੋ ਹੀ ਸਿੱਖ ਕਿ ਸੱਚੇ ਪਾਤਸ਼ਾਹ ਜੀ ਅਸੀਂ ਬਾਣੀ ਇਸ ਲਈ ਪੜ੍ਹਦੇ ਹਾਂ ਕਿ ਇਸ ਗੁਰਬਾਣੀ ਪੜ੍ਹਨ ਦੇ ਨਾਲ ਸਾਡਾ ਕੋਈ ਮਨੋਰਥ ਦੁਨੀਆਂ ਦੇ ਸੁੱਖ ਪ੍ਰਾਪਤ ਨਹੀਂ ਕਰਨੇ, ਦੁਨੀਆਂ ਦੇ ਪਦਾਰਥਾਂ ਨੂੰ ਪ੍ਰਾਪਤ ਕਰਨ ਦੀ ਸਾਡੀ ਕੋਈ ਇੱਛਾ ਨਹੀਂ। ਕੇਵਲ ਇੱਕੋ ਹੀ ਮਨੋਰਥ ਹੈ ਕਿ ਸੱਚੇ ਪਾਤਸ਼ਾਹ ਸਾਡਾ ਜਮਾਂ ਦਾ ਦੁੱਖ ਕੱਟਿਆ ਜਾਏ, ਸਾਨੂੰ ਮੁਕਤੀ ਦੀ ਦਾਤ ਪ੍ਰਾਪਤ ਹੋ ਜਾਏ। ਮਨੁੱਖਾ ਜੀਵਨ ਦਾ ਜੋ ਅਸਲੀ ਮਕਸਦ ਹੈ, ਅਸਲੀ ਮਨੋਰਥ ਹੈ ਕਿ ਮਨੁੱਖਾ ਜੀਵਨ ਵਿੱਚ ਪਰਮੇਸ਼ਰ ਦੀ ਭਗਤੀ ਕਰਕੇ ਮੁਕਤ ਹੋ ਜਾਣਾ ਅਤੇ ਵਾਹਿਗੁਰੂ ਦੀ ਪ੍ਰਾਪਤੀ ਨੂੰ ਹਾਸਲ ਕਰ ਲੈਣਾ। ਇਹ ਮਨੁੱਖਾ ਜੀਵਨ ਦਾ ਜੋ ਮੁੱਖ ਮਨੋਰਥ ਹੈ, ਇਸ ਮਨੋਰਥ ਨੂੰ ਤੁਸੀਂ ਸਾਨੂੰ ਸਮਝਾਇਆ ਹੈ ਕਿ ਭਾਈ ਪ੍ਰਾਪਤ ਮਾਨੁਖ ਦੇਹੁਰੀਆ ਉਹ ਬਿੰਦ ਮਿਲਣ ਦੀ ਇਹ ਤੇਰੀ ਬਰੀਆ। ਪਰ ਸੱਚੇ ਪਾਤਸ਼ਾਹ ਜਮਾਂ ਦੀ ਮਾਰ, ਜਮਾਂ ਦੇ ਦੁੱਖ ਤਾਂ ਬਾਅਦ ਵਿੱਚ ਕੱਟੇ ਜਾਣਗੇ, ਪਰ ਤੁਹਾਡੀ ਬਾਣੀ ਪੜ੍ਹਦਿਆਂ ਨੂੰ ਇੱਥੇ ਮਾਰ ਪੈਂਦੀ ਹੈ। ਤੁਹਾਡੇ ਹਜ਼ੂਰੀ ਸਿੰਘ ਭਾਈ ਆਲਮ ਸਿੰਘ ਨੇ ਜਾ ਕੇ ਮੇਰੇ ਚਪੇੜ ਮਾਰੀ ਹੈ। ਸੌਖੇ ਸ਼ਬਦਾਂ ਵਿੱਚ ਮੈਂ ਆਪ ਜੀ ਨੂੰ ਕਹਿ ਰਿਹਾ, ਇਸ ਕਰਕੇ ਸੱਚੇ ਪਾਤਸ਼ਾਹ ਜੇ ਬਾਣੀ ਪੜ੍ਹਦੇ ਆ ਇੱਥੇ ਮਾਰ ਪੈਂਦੀ ਹੈ ਤਾਂ ਇਹ ਬਾਣੀ ਪ੍ਰਲੋਕ ਵਿੱਚ ਜਿਹੜੀ ਜਮਾਂ ਦੀ ਮਾਰ ਪੈਂਦੀ ਹੈ ਬੰਦੇ ਨੂੰ, ਉਸ ਤੋਂ ਕਿਵੇਂ ਸਾਡੀ ਰੱਖਿਆ ਕਰੇਗੀ, ਸਾਡਾ ਕਿਵੇਂ ਬਚਾਅ ਕਰੇਗੀ? ਮੇਰਾ ਇਹ ਸ਼ੰਕਾ ਹੈ, ਮੇਰਾ ਇਹ ਸਵਾਲ ਹੈ। ਮੇਰੇ ਮਨ ਵਿੱਚ ਸਤਿਗੁਰੂ ਮਹਾਰਾਜ ਜੀ ਭਾਰੀ ਦੁੱਖ ਹੋਇਆ ਹੈ, ਕਿਰਪਾ ਕਰਕੇ ਮੇਰੀ ਸ਼ੰਕਾ ਦਾ ਨਿਵਾਰਣ ਕਰੋ। ਕਲਗੀਧਰ ਪਾਤਸ਼ਾਹ ਜੀ ਆਪਣੇ ਆਖਣ ਲੱਗੇ, ਸਿੱਖਾ ਤੈਨੂੰ ਇੱਕ ਚਪੇੜ ਮਾਰਨ ਤੋਂ, ਤੈਨੂੰ ਇੱਕ ਮਾਰ ਪੈਣ ਤੋਂ ਬੜਾ ਭਾਰੀ ਦੁੱਖ ਹੋਇਆ, ਪਰ ਤੈਨੂੰ ਇਹ ਨਹੀਂ ਪਤਾ ਕਿ ਤੂੰ ਸਾਡੇ ਅੰਗ ਭੰਗ ਕਰ ਰਿਹਾ, ਸਾਡੇ ਅੰਗਾਂ ਨੂੰ ਤੋੜ ਰਿਹਾ, ਸਾਡੇ ਅੰਗਾਂ ਨੂੰ ਮਰੋੜ ਰਿਹਾ। ਸਾਨੂੰ ਕਿੰਨੀ ਤਕਲੀਫ, ਕਿੰਨਾ ਦੁੱਖ, ਕਿੰਨਾ ਦਰਦ ਹੋਇਆ ਹੋਵੇਗਾ ਤੂੰ ਮਹਿਸੂਸ ਨਹੀਂ ਕਰ ਸਕਦਾ। ਕਹਿਣ ਲੱਗਾ, ਸੱਚੇ ਪਾਤਸ਼ਾਹ ਜੀ ਮੈਨੂੰ ਸਮਝ ਨਹੀਂ ਆਈ ਕਿ ਮੈਂ ਤੁਹਾਡੇ ਅੰਗਾਂ ਨੂੰ ਕਿਵੇਂ ਤੋੜਿਆ, ਕਿਵੇਂ ਅੰਗਾਂ ਨੂੰ ਮਰੋੜਿਆ, ਕਿਵੇਂ ਮੈਂ ਤੁਹਾਨੂੰ ਤਕਲੀਫ ਦਿੱਤੀ ਹੈ। ਸਤਿਗੁਰੂ ਜੀ ਆਖਣ ਲੱਗੇ, ਜਿਹੜੀ ਧੋਖੀ ਬਾਣੀ ਹੈ ਨਾ, ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਬਾਣੀ ਆਪਣੇ ਪਾਪ ਨੂੰ ਮੁਖਾਰ ਬਿੰਦ ਤੋਂ ਅਕਾਲੀ ਬਾਣੀ ਆਪ ਉਚਾਰਨ ਕੀਤੀ ਹੈ ਔਰ ਦੂਸਰੇ ਗੁਰੂ ਸਾਹਿਬਾਨਾਂ ਨੇ ਵੀ ਸਾਡੇ ਉੱਤੇ ਇਸ ਬਾਣੀ ਦੀਆਂ ਮਹਾਨ ਰਹਿਮਤਾਂ ਕੀਤੀਆਂ ਹਨ। ਜਿੱਥੇ ਇਹ ਗੁਰਬਾਣੀ ਨਿਰਗੁਣ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਹੈ, ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੀਵਨ ਅਵਰ ਨਾ ਹੋਏ, ਉੱਥੇ ਗੁਰਬਾਣੀ ਸਾਡਾ ਸਰਵਣ ਸਰੂਪ ਵੀ ਹੈ। ਜਿੰਨੇ ਗੁਰਬਾਣੀ ਦੇ ਅੱਖਰ ਹਨ ਜਾਂ ਜਿੰਨੀਆਂ ਵੀ ਗੁਰਬਾਣੀ ਦੀਆਂ ਲਗਾ ਮਾਤਰਾ ਹਨ, ਇਹ ਸਾਡੇ ਸਰੀਰ ਦੇ ਅੰਗ ਅਤੇ ਰੋਮ ਹਨ। ਤੂੰ ਗੁਰਬਾਣੀ ਦੀ ਬੜੀ ਭਾਰੀ ਸ਼ੁੱਧ ਉਚਾਰਨ ਕਰਨ ਦੇ ਵਿੱਚ ਗੁਨਾਹ ਕਰ ਰਿਹਾ ਸੀ, ਅਸੀਂ ਤੈਨੂੰ ਦੋ ਵਾਰੀ ਆਵਾਜ਼ ਮਾਰ ਕੇ ਵੀ ਸੁਚੇਤ ਕੀਤਾ ਕਿ ਸਿੰਘਾ ਗੁਰਬਾਣੀ ਦਾ ਉਚਾਰਨ ਸ਼ੁੱਧ ਕਰ, ਪਰ ਤੂੰ ਆਪਣੀ ਗਲਤੀ ਨੂੰ ਸੁਧਾਰਿਆ ਨਹੀਂ।
ਅਸੀਂ ਆਗਿਆ ਦਿੱਤੀ ਕਿ ਜਾ ਕੇ ਭਾਈ ਆਲਮ ਸੁਖਦੇਵ ਸਿੰਘ ਨੂੰ ਤਾੜਨਾ ਕਰ। ਇਹ ਤਾੜਨਾ ਤੈਨੂੰ ਤਾਂ ਹੋਈ ਹੈ। ਸਿੱਖ ਕਹਿਣ ਲੱਗਾ, ਮਹਾਰਾਜ ਮੈਨੂੰ ਗਲਤ ਕੀ ਉਚਾਰਨ ਹੋਇਆ? ਸਤਿਗੁਰੂ ਜੀ ਕਹਿਣ ਲੱਗੇ, ਉਹ ਪੰਕਤੀਆਂ ਪੜ੍ਹ ਕਰਦੇ ਕੀਮਤ ਕਰਦਾ ਜਾਣ ਵਾਲੀਆਂ। ਜਦੋਂ ਸਿੱਖ ਨੇ ਦੁਬਾਰਾ ਪੰਕਤੀਆਂ ਪੜ੍ਹੀਆਂ ਤਾਂ ਗੁਲਾਮਾਂ ਦੀ ਥਾਂ 'ਤੇ ਸਿੱਖ ਨੇ ਕੇਵਲ ਗੁਲਾਮ ਦਾ ਉਚਾਰਨ ਕੀਤਾ, ਕੇ ਦਾ ਉਚਾਰਨ ਕੀਤਾ। ਤਾਂ ਕਲਗੀਧਰ ਪਾਤਸ਼ਾਹ ਜੀ ਕਹਿਣ ਲੱਗੇ, ਇੱਥੇ ਗੁਲਾਮਾਂ ਹਨ, ਨਾਮ ਨਹੀਂ ਹੈ, ਇੱਕ ਮਾਤਰਾ ਨਹੀਂ ਹੈ, ਇੱਕ ਲਗ ਨਹੀਂ ਹੈ, ਇੱਥੇ ਦੋ ਲਗਾਂ ਲੱਗੀਆਂ ਹੋਈਆਂ ਹਨ। ਇਸ ਕਰਕੇ ਤਾਂ ਤੈਨੂੰ ਤਾੜਨਾ ਹੋਈ ਹੈ। ਔਰ ਇੱਕ ਨਾਮ ਦਾ ਉਚਾਰਨ ਕਰਨ ਦੇ ਨਾਲ ਨਾ ਗੁਰਬਾਣੀ ਦੇ ਸਿਧਾਂਤ ਦੇ ਵਿੱਚ ਜਿਵੇਂ ਅਸਮਾਨ ਦਾ ਫਰਕ ਪੈ ਜਾਏਗਾ। ਇਸ ਪੰਕਤੀ ਦੇ ਅਰਥ ਹਨ, ਕਰਤੇ ਕੀਮਤ ਕਰਤਾ ਜਾਣਾ ਕਹਿ ਜਾਣਾ ਗੁਰਸੂਰਾ, ਕਰਤੇ ਦੀ ਮਰਿਆਦਾ ਨੂੰ, ਕਰਤੇ ਦੇ ਅਸੂਲਾਂ ਨੂੰ, ਕਰਤੇ ਦੇ ਨਿਯਮਾਂ ਨੂੰ, ਵਾਹਿਗੁਰੂ ਦੇ ਜੋ ਵੀ ਨਿਯਮ ਬਣਾਏ ਹੋਏ ਹੈ, ਜੋ ਅਸੂਲ ਬਣਾਏ ਹੋਏ ਹੈ, ਜਾਂ ਤਾਂ ਕਰਤਾ ਅਕਾਲ ਪੁਰਖ ਵਾਹਿਗੁਰੂ ਆਪ ਜਾਣਦਾ ਹੈ, ਜਾਂ ਕਹਿ ਤੋਂ ਭਾਵ ਹੁੰਦਾ ਅਥਵਾ ਜਾਂ ਕੋਈ ਹੋਰ ਵੀ ਜਾਣ ਸਕਦਾ ਹੈ। ਤਾਂ ਅੱਗੇ ਉੱਤਰ ਹੈ, ਕਹਿ ਜਾਣਾ ਗੁਰਸੂਰਾ, ਜਾਂ ਕਰਤੇ ਦਾ ਸੂਰ ਜਿਹੜੇ ਪੂਰੇ ਸੂਰਮੇ ਗੁਰੂ ਹੁੰਦੇ ਹੈ, ਉਹ ਵੀ ਕਰਤੇ ਦੇ ਨਿਯਮਾਂ ਨੂੰ, ਉਸ ਦੀ ਰਜ਼ਾ ਨੂੰ, ਉਸ ਦੇ ਹੁਕਮ ਨੂੰ ਆਪ ਜਾਣਦੇ ਆ, ਅਤੇ ਕਰਤੇ ਦੀ ਮਰਿਆਦਾ ਦੁਨੀਆਂ ਵਿੱਚ ਦ੍ਰਿੜ ਕਰਵਾਉਂਦੇ। ਜੇ ਤੂੰ ਗੁਲਾਮਾਂ ਦੀ ਥਾਂ 'ਤੇ ਕੇਵਲ ਨਾਮ ਦਾ ਉਚਾਰਨ ਕਰੇਗਾ ਨਾ, ਤਾਂ ਕੇ ਦਾ ਅਰਥ ਬਣੇਗਾ ਕੀ। ਕੀ ਤੋਂ ਭਾਵ ਹੋਏਗਾ ਕਿ ਕਰਤੇ ਦੀ ਮਰਿਆਦਾ ਨੂੰ ਕਰਤਾ ਪਰਮੇਸ਼ੁਰ ਤਾਂ ਜਾਣਦਾ ਆਪਣੇ ਨਿਯਮਾਂ ਨੂੰ, ਆਪਣੇ ਸਿਧਾਂਤਾਂ ਨੂੰ, ਆਪਣੇ ਅਸੂਲਾਂ ਨੂੰ, ਪਰ ਜਿਹੜੇ ਗੁਰੂ ਸੂਰਮੇ ਆ ਉਹ ਉਹਨਾਂ ਸਿਧਾਂਤਾਂ ਨੂੰ ਜਾਣਨ ਤੋਂ ਅਸਮਰੱਥ ਹਨ, ਸੱਖਣੇ ਹਨ, ਖਾਲੀ ਹਨ, ਉਹ ਨਹੀਂ ਜਾਣ ਸਕਦੇ। ਅਤੇ ਗੁਰੂ ਵਿੱਚ ਇੱਕ ਦੋਸ਼ ਪੈਦਾ ਹੋ ਜਾਏਗਾ ਕਿ ਗੁਰੂ ਅਧੂਰਾ ਹੈ, ਗੁਰੂ ਪੂਰਾ ਨਹੀਂ ਹੈ। ਜੇ ਗੁਰੂ ਪੂਰਾ ਨਹੀਂ ਹੈ ਤਾਂ ਸਿੱਖਾਂ ਦਾ ਉਧਾਰ ਕਿਵੇਂ ਕਰੇਗਾ? ਜੇ ਗੁਰੂ ਪਰਮੇਸ਼ੁਰ ਦੀ ਬਖਸ਼ਿਸ਼ ਦੇ ਨਾਲ ਪੂਰਨ ਸੰਪੰਨ ਨਹੀਂ ਹੈ, ਪਰਮੇਸ਼ੁਰ ਦਾ ਪ੍ਰਤੱਖ ਸਰੂਪ ਨਹੀਂ ਹੈ, ਜੇ ਗੁਰੂ ਆਮ ਮਨੁੱਖਾਂ ਵਰਗਾ ਵਿਅਕਤੀ ਹੈ, ਫਿਰ ਗੁਰੂ ਸੰਸਾਰ ਦਾ ਉਧਾਰ ਨਹੀਂ ਕਰ ਸਕਦਾ। ਇਸ ਕਰਕੇ ਗੁਰੂ ਦੀ ਪਦਵੀ ਬਹੁਤ ਵੱਡੀ ਹੈ ਕਲਯੁੱਗ ਦੇ ਵਿੱਚ। ਗੁਰੂ ਤੋਂ ਬਿਨਾਂ ਕੋਈ ਜੀਵਾਂ ਨੂੰ ਗਿਆਨ ਨਹੀਂ ਕਰਾ ਸਕਦਾ ਪਰਮੇਸ਼ੁਰ ਦਾ, ਔਰ ਗੁਰੂ ਤੋਂ ਬਿਨਾਂ ਜੀਵਾਂ ਨੂੰ ਵਾਹਿਗੁਰੂ ਨਾਲ ਕੋਈ ਹੋਰ ਸ਼ਕਤੀ ਮਿਲਾਉਣ ਵਾਲੀ ਵੀ ਨਹੀਂ ਹੈ। ਇਸ ਕਰਕੇ ਤੂੰ ਉਚਾਰਨ ਗਲਤ ਕੀਤਾ ਅਤੇ ਸਾਰਾ ਸਿਧਾਂਤ ਫਰਕ ਦੇ ਵਿੱਚ ਚਲਿਆ ਗਿਆ, ਸਾਰੇ ਸਿਧਾਂਤ ਦੇ ਵਿੱਚ ਬਹੁਤ ਵੱਡਾ ਅੰਤਰ ਪੈ ਗਿਆ। ਜਦੋਂ ਇਹ ਬਚਨ ਹੋਏ, ਸਿੱਖ ਨੇ ਖਿਮਾ ਚਾਚਨਾ ਕੀਤੀ, ਔਰ ਅਗੋਂ ਹੀ ਸਤਿਗੁਰੂ ਜੀ ਨੇ ਸਾਰੇ ਗੁਰਸਿੱਖਾਂ ਨੂੰ ਆਗਿਆ ਕੀਤੀ, ਪੜ੍ਹੋ ਸੁੱਧ ਗੁਰ ਕੇਰੀ, ਪੜ੍ਹੈ ਮਹਾਤਮ ਲਹਿ ਵਿਸਾਲਾ, ਹਲਤ ਪਲਤ ਮੈਂ ਹੋਏ ਸੁਖੰਦਾ। ਇਹ ਗੁਰਸਿੱਖੋ, ਇਹ ਸਾਡੀ ਸ਼ੁਭ ਸਿੱਖਿਆ ਸੁਣਨਾ ਕਰੋ ਕਿ ਗੁਰਬਾਣੀ ਦਾ ਹਮੇਸ਼ਾ ਸ਼ੁੱਧ ਉਚਾਰਨ ਕਰਨਾ
ਲਗਾ ਮਾਤਰਾ ਦਾ ਹਰ ਸਮੇਂ ਖਿਆਲ ਔਰ ਧਿਆਨ ਰੱਖ ਕੇ ਗੁਰਬਾਣੀ ਦਾ ਉਚਾਰਨ ਬੜੀ ਸਾਵਧਾਨੀ ਨਾਲ ਸ਼ੁੱਧ ਉਚਾਰਨ ਸੀਸ ਝੁਕਾ ਕੇ ਨਿਮਰਤਾ ਦੇ ਨਾਲ ਹੱਥ ਜੋੜ ਕੇ ਬੇਨਤੀ ਕਰ ਲੱਗੇ ਮਹਾਰਾਜ ਇਹ ਇੱਕ ਸਿੱਖ ਨਹੀਂ ਕਿੰਨੇ ਸਿੱਖ ਹਨ ਜਿਹੜੇ ਤੁਹਾਡੀ ਗੁਰਬਾਣੀ ਦਾ ਉਚਾਰਨ ਸ਼ੁੱਧ ਨਹੀਂ ਕਰਦੇ ਹੋਣਗੇ ਇਸ ਕਰਕੇ ਇਹ ਅਗਾਧ ਬੋਧ ਬਾਣੀ ਜਿੱਥੇ ਆਪ ਨੇ ਦਸਾਂ ਸਰੂਪਾਂ ਵਿੱਚ ਇਹ ਬਾਣੀ ਉਚਾਰਨ ਕੀਤੀ ਹੈ ਉੱਥੇ ਗੁਰਬਾਣੀ ਦਾ ਸ਼ੁੱਧ ਉਚਾਰਨ ਕਰਨ ਦੀ ਵੀ ਸਾਨੂੰ ਸਿੱਖਿਆ ਦਿਓ ਸਾਨੂੰ ਸਮਝਾਉਣਾ ਕਰੋ ਸਾਡੇ 'ਤੇ ਕਿਰਪਾ ਕਰੋ ਕਲਗੀਧਰ ਪਾਤਸ਼ਾਹ ਜੀ ਕਹਿਣ ਲੱਗੇ ਖਾਲਸਾ ਜੀ ਜੰਗਾਂ ਯੁੱਧਾਂ ਦਾ ਸਮਾਂ ਚੱਲ ਰਿਹਾ ਗੁਰਬਾਣੀ ਦਾ ਸ਼ੁੱਧ ਉਚਾਰਨ ਕਿਸੇ ਅਕਾਲ ਅਸਮਾਨ 'ਤੇ ਬੈਠ ਕੇ ਇਸ ਨੂੰ ਸੰਗਤਾਂ ਦੇ ਵਿੱਚ ਗੁਰਸਿੱਖਾਂ ਵਿੱਚ ਖਾਲਸੇ ਵਿੱਚ ਦ੍ਰਿੜ ਕਰਵਾਇਆ ਜਾ ਸਕਦਾ ਇਸ ਲਈ ਸਮਾਂ ਆਏਗਾ ਅਸੀਂ ਤੁਹਾਨੂੰ ਗੁਰਬਾਣੀ ਦਾ ਸ਼ੁੱਧ ਉਚਾਰਨ ਕਰਨ ਦਾ ਵੀ ਵਚਨ ਤੁਹਾਡੇ ਨਾਲ ਪੂਰਾ ਕਰਾਂਗੇ ਸਾਧ ਸੰਗਤ ਜੀ ਅਨੰਦਪੁਰ ਸਾਹਿਬ ਦੇ ਜੰਗਲ ਯੁੱਧਾਂ ਤੋਂ ਬਾਅਦ ਚਮਕੌਰ ਸਾਹਿਬ ਦਾ ਸਾਕਾ ਹੁੰਦਾ ਹੈ ਚਮਕੌਰ ਸਾਹਿਬ ਦੇ ਯੁੱਧ ਅੰਦਰ ਵੱਡੇ ਦੋ ਸਾਹਿਬਜ਼ਾਦੇ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਬਾਬਾ ਜੁਝਾਰ ਸਿੰਘ ਜੀ ਪੰਜਾਂ ਪਿਆਰਿਆਂ ਵਿੱਚੋਂ ਪਿਆਰੇ ਹਿੰਮਤ ਸਿੰਘ ਜੀ ਪਿਆਰੇ ਮੋਹਪੁਰ ਸਿੰਘ ਜੀ ਪਿਆਰੇ ਸਾਹਿਬ ਸਿੰਘ ਜੀ ਚਮਕੌਰ ਸਾਹਿਬ ਦੀ ਧਰਤੀ 'ਤੇ ਮਹਾਨ ਸ਼ਹੀਦੀਆਂ ਪ੍ਰਾਪਤ ਕਰ ਜਾਂਦੇ ਹਨ ਉੱਥੋਂ ਸਤਿਗੁਰੂ ਜੀ ਫਿਰ ਮੁਕਤਸਰ ਸਾਹਿਬ ਆਉਂਦੇ ਹੈ ਇੱਥੇ ਵੀ 40 ਮੁਕਤਿਆਂ ਦੀ ਸ਼ਹਾਦਤ ਹੁੰਦੀ ਹੈ ਔਰ ਇਸ ਸਥਾਨ ਤੋਂ ਉਪਰੰਤ ਮੁਕਤਸਰ ਸਾਹਿਬ ਜੀ ਤੋਂ ਬਾਅਦ ਸਤਿਗੁਰੂ ਜੀ ਚੱਲ ਕੇ ਇਸ ਸਥਾਨ 'ਤੇ ਪਹੁੰਚਦੇ ਹੈ ਇੱਥੇ ਆ ਕੇ ਸਤਿਗੁਰੂ ਜੀ ਗੰਗਾ ਯੁੱਧਾਂ ਵਾਲਾ ਕਮਲ ਕਸਾ ਖੋਲ੍ਹ ਕੇ ਖਾਲਸੇ ਨੂੰ ਆਗਿਆ ਕਰਦੇ ਹੈ ਕਿ ਖਾਲਸਾ ਜੀ ਸ੍ਰੀ ਅਨੰਦਪੁਰ ਸਾਹਿਬ ਦਾ ਕੀਤਾ ਹੋਇਆ ਵਚਨ ਇਸ ਅਸਥਾਨ ਅਤੇ ਇਸ ਧਰਤੀ 'ਤੇ ਪੂਰਾ ਕਰਾਂਗੇ ਆਓ ਤੁਹਾਨੂੰ ਗੁਰਬਾਣੀ ਦਾ ਸ਼ੁੱਧ ਉਚਾਰਨ ਕਰਨਾ ਸਿਖਾਈਏ ਔਰ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵੀ ਆਦਿ ਵੀਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਅਸੀਂ ਸ਼ਾਮਿਲ ਕਰਨੀ ਹੈ ਇਸ ਲਈ ਸਾਰੀਆਂ ਤਿਆਰੀਆਂ ਆਰੰਭ ਕੀਤੀਆਂ ਜਾਣ ਭਾਈ ਮਨੀ ਸਿੰਘ ਜੀ ਨੂੰ ਬੁਲਾਇਆ ਸਤਿਗੁਰੂ ਜੀ ਕਹਿਣ ਲੱਗੇ 25 ਸਿੰਘਾਂ ਨੂੰ ਨਾਲ ਲੈ ਕੇ ਕਰਤਾਰਪੁਰ ਸਾਹਿਬ ਜੋ ਜ਼ਿਲ੍ਹਾ ਜਲੰਧਰ ਦੇ ਵਿੱਚ ਅੱਜ ਕੱਲ੍ਹ ਪੈਂਦਾ ਹੈ ਦੁਆਬੇ ਦੀ ਧਰਤੀ 'ਤੇ ਉੱਥੋਂ ਧੀਰ ਵਰੀਆਂ ਕੋਲੋਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਜੋ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਪ ਭਾਈ ਗੁਰਦਾਸ ਜੀ ਤੋਂ ਲਿਖਵਾਏ ਸਨ ਉਹ ਧੀਰ ਵਰੀਆਂ ਦੇ ਪਾਸ ਸੁਭਾਏਮਾਨ ਹਨ ਉਹਨਾਂ ਕੋਲੋਂ ਉਹ ਸਰੂਪ ਲੈ ਕੇ ਆਓ ਇਸ ਸਥਾਨ ਤੋਂ 25 ਸਿੰਘ ਕਰਤਾਰਪੁਰ ਸਾਹਿਬ ਜਾਂਦੇ ਆ ਭਾਈ ਮਨੀ ਸਿੰਘ ਜੀ ਧੀਰ ਵਰੀਆਂ ਨੂੰ ਮਿਲਦੇ ਹੈ ਜਦੋਂ ਉਹਨਾਂ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਮੰਗ ਕੀਤੀ ਜਾਂਦੀ ਹੈ ਤਾਂ ਧੀਰ ਵਰੀਏ ਸੋਚ ਕੇ ਜਵਾਬ ਦੇ ਦਿੰਦੇ ਆ ਕਹਿਣ ਲੱਗਦੇ ਹੈ ਕਿ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੁਹਾਡੇ ਨਿਸ਼ਚੇ ਔਰ ਭਰੋਸੇ ਮੁਤਾਬਕ ਤੁਹਾਡੇ ਅਕੀਦੇ ਔਰ ਵਿਸ਼ਵਾਸ ਮੁਤਾਬਕ ਗੁਰੂ ਨਾਨਕ ਸਾਹਿਬ ਦੀ ਦਸਵੀਂ ਜੋਤ ਹੈ ਤਾਂ ਫਿਰ ਜਿਹੜੀ ਬਾਣੀ ਪਹਿਲੇ ਗੁਰਾਂ ਨੇ ਆਪ ਉਚਾਰਨ ਕੀਤੀ ਉਹ ਦਸਵੇਂ ਪਾਤਸ਼ਾਹ ਕਿਉਂ ਨਹੀਂ ਉਚਾਰਨ ਕਰ ਲੈਂਦੇ ਇੱਕ ਤਾਂ ਇਹ ਸ਼ੰਕਾ ਕੀਤੀ ਧਰਮ ਮਾਰੀ ਦੂਸਰਾ ਕਹਿਣ ਲੱਗੇ ਸਾਡੇ ਵੱਡਿਆਂ ਦੀ ਇਹ ਬਖਸ਼ਿਸ਼ ਸਾਨੂੰ ਪ੍ਰਾਪਤ ਹੋਈ ਹੈ ਇਸ ਕਰਕੇ ਅਸੀਂ ਆਪਣੀ ਬਖਸ਼ਿਸ਼ ਤੁਹਾਨੂੰ ਨਹੀਂ ਦੇ ਸਕਦੇ
ਇਸ ਰੂਪ ਦੁਆਰਾ ਹੀ ਸਾਡਾ ਰੋਟੀ ਔਰ ਰੋਟੀ ਦਾ ਗੁਜ਼ਾਰਾ ਚੱਲਦਾ, ਸੰਗਤਾਂ ਆਉਂਦੀਆਂ ਮੱਥਾ ਟੇਕਦੀਆਂ, ਚੜਾਵਾ ਚੜ੍ਹਦਾ ਹੈ, ਉਸ ਦੇ ਆਸਰੇ ਸਾਡਾ ਨਿਰਵਾਹ ਹੁੰਦਾ ਹੈ। ਸਾਫ਼ ਜਵਾਬ ਦੇ ਦਿੰਦੇ ਆ ਭਾਈ ਮਨੀ ਸਿੰਘ ਜੀ ਔਰ ਪੱਚੀ ਸਿੰਘ ਵਾਪਸ ਇਸੇ ਅਸਥਾਨ 'ਤੇ ਆ ਜਾਂਦੇ ਹਨ। ਇੱਥੋਂ ਸਾਧ ਸੰਗਤ ਦੀ ਇੱਕ ਸਿੱਖਿਆ ਲੈਣੀ ਬਣਦੀ ਹੈ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਵਾਸਤੇ ਸਤਿਗੁਰੂ ਨੇ 25 ਸਿੰਘਾਂ ਨੂੰ ਭੇਜਣਾ ਕੀਤਾ। ਅੱਜ ਸਾਡੇ ਵਿੱਚ ਇੰਨੀ ਢਲਿਆਈ ਆ ਗਈ ਹੈ ਕਿ 5 ਸਿੰਘ ਵੀ ਤਿਆਰ ਬਤਿਆਰ ਅੰਮ੍ਰਿਤਧਾਰੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਆਉਣ ਵਾਸਤੇ ਸਾਨੂੰ ਕਈ ਵੇਲੇ ਲੱਭਦੇ ਨਹੀਂ ਹਨ। ਸਾਡਾ ਫਰਜ਼ ਬਣਦਾ ਕਿ ਅਸੀਂ ਘੱਟ ਤੋਂ ਘੱਟ 5 ਅੰਮ੍ਰਿਤਧਾਰੀ ਗੁਰਸਿੱਖ ਹਰ ਨਗਰ ਵਿੱਚ, ਹਰ ਥਾਂ 'ਤੇ, ਦੁਨੀਆ ਭਰ ਵਿੱਚ ਸਾਡੇ ਪਾਸ ਹੋਣੇ ਚਾਹੀਦੇ ਹੈ, ਜਿਹੜੇ ਸਤਿਗੁਰੂ ਜੀ ਦੇ ਸਰੂਪ ਨੂੰ ਲਿਆਉਣ ਦੀ ਸੇਵਾ ਨਿਭਾ ਸਕਣ। ਸਤਿਗੁਰੂ ਜੀ ਨੇ 25 ਸਿੰਘਾਂ ਨੂੰ ਭੇਜਿਆ ਸੀ। ਭਾਈ ਮਨੀ ਸਿੰਘ ਜੀ ਨੇ ਆ ਕੇ ਸਾਰੀ ਵਾਰਤਾ ਦੱਸੀ। ਸਤਿਗੁਰੂ ਜੀ ਆਖਣ ਲੱਗੇ, ਸਿੱਖੋ, ਇਹ ਸ਼ੰਕਾ ਤੁਹਾਡੇ ਮਨਾਂ ਵਿੱਚ ਵੀ ਕਦੇ ਆ ਸਕਦੀ ਸੀ ਜੋ ਧੀਰ ਮਲੀਆਂ ਦੇ ਮਨ ਵਿੱਚ ਆਈ ਹੈ। ਸਾਨੂੰ ਪਤਾ ਸੀ ਕਿ ਸਰੂਪ ਉਹਨਾਂ ਨੇ ਨਹੀਂ ਦੇਣਾ, ਪਰ ਸ਼ੰਕਾ ਮੇਟਣ ਵਾਸਤੇ ਇਹ ਕੌਤਕ ਕੀਤਾ ਹੈ। ਸੋ ਸਾਧ ਸੰਗਤ ਦੀ ਕੱਤਕ ਦੀ ਪੂਰਨਮਾਸ਼ੀ ਦਾ ਦਿਹਾੜਾ ਆਇਆ ਹੈ। 1762 ਵਿਕਰਮੀ ਸੰਮਤ ਨੂੰ 1705 ਈਸਵੀ 23 ਸਾਵਣ ਕੱਤਕ ਸੁਦੀ ਪੂਰਨਮਾਸ਼ੀ ਦਾ ਦਿਹਾੜਾ ਆਇਆ। ਸਤਿਗੁਰੂ ਜੀ ਨੇ ਕੜਾਹ ਪ੍ਰਸ਼ਾਦੀ ਦੇ ਕਰਵਾ ਕੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਅਵਤਾਰ ਗੁਰਪੁਰਬ ਇਸੇ ਅਸਥਾਨ 'ਤੇ ਮਨਾ ਕੇ ਉਸੇ ਦਿਨ ਸਾਰੀਆਂ ਤਿਆਰੀਆਂ ਪ੍ਰਾਰੰਭ ਕਰਵਾਉਣ ਤੋਂ ਉਪਰੰਤ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ 48 ਸਿੰਘ ਚੌਂਕੜੇ ਮਾਰ ਕੇ ਇਸੇ ਤਖ਼ਤ ਸਾਹਿਬ ਉੱਤੇ ਸਜੇ ਹੋਏ ਹਨ, ਜਿਵੇਂ ਆਪ ਸਜ ਕੇ ਬੈਠੇ ਹੋ। ਤਾਂ ਸਤਿਗੁਰੂ ਜੀ ਨੇ ਪਹਿਲੇ ਦਿਨ ਸ੍ਰੀ ਜਪਜੀ ਸਾਹਿਬ, ਰਹਿਰਾਜ ਸਾਹਿਬ ਦੇ ਸ਼ਬਦ ਅਤੇ ਸੋਲਾ ਬਾਣੀ ਇਹ ਆਪਣੇ ਪਾਵਨ ਮੁਖਾਰ ਦਿਨ ਤੋਂ ਅੰਮ੍ਰਿਤ ਵੇਲੇ ਕੰਠੋਂ ਜਵਾਨੀ ਉਚਾਰਨ ਕੀਤੀ ਔਰ ਭਾਈ ਮਨੀ ਸਿੰਘ ਜੀ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਲਿਖਾਰੀ ਲਾ ਕਰਕੇ ਹਜ਼ੂਰ ਨੇ ਉਹਨਾਂ ਪਾਸੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਲਿਖਾਈ ਪ੍ਰਾਰੰਭ ਕਰਵਾਈ। ਇਤਿਹਾਸ ਨੇ ਚਾਹੁੰਦਾ ਭਾਈ ਮਨੀ ਸਿੰਘ ਜੀ ਬੇਨਤੀ ਕਰਦੇ ਹੈ ਕਿ ਸੱਚੇ ਪਾਤਸ਼ਾਹ, ਮੈਂ ਇਹ ਗੁਰਬਾਣੀ ਲਿਖਣ ਤੋਂ ਅਸਮਰੱਥ ਹਾਂ, ਮੇਰੀ ਛੋਟੀ ਉਮਰ ਹੈ, ਮੈਂ ਗੁਰਬਾਣੀ ਕਿਵੇਂ ਲਿਖਾਂਗਾ। ਸਤਿਗੁਰੂ ਜੀ ਨੇ ਵਚਨ ਕੀਤਾ ਕਿ ਧੰਨ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦਾ ਧਿਆਨ ਧਾਰ ਕੇ ਅਰਦਾਸ ਕਰੋ, ਅਗੰਮੀ ਕਲਮ ਆਪਣੇ ਆਪ ਚੱਲੇਗੀ, ਆਪਣੇ ਆਪ ਇਹ ਕਲਮ ਤੁਰੇਗੀ ਗੁਰਬਾਣੀ ਦੀ ਸੇਵਾ ਵਿੱਚ। ਔਰ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਔਰ ਤਖ਼ਤ ਸ੍ਰੀ ਦਮਦਮਾ ਸਾਹਿਬ ਜੀ ਦੇ ਸਤਿਗੁਰਾਂ ਵੱਲੋਂ ਥਾਪੇ ਹੋਏ ਪਹਿਲੇ ਗੱਦੇਦਾਰ ਅਮਰ ਸ਼ਹੀਦ ਬ੍ਰਹਮ ਗਿਆਨੀ ਸਿੰਘ ਸਾਹਿਬ ਧਰਤਨ ਬਾਬਾ ਦੀਪ ਸਿੰਘ ਜੀ ਦੀ ਡਿਊਟੀ ਲਾਈ ਗਈ ਕਿ ਤੁਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਤ ਵਾਸਤੇ ਜਿੰਨੀ ਸਿਆਹੀ ਹੈ, ਕਲਮਾਂ ਅਤੇ ਦੁਆਤਾਂ ਔਰ ਜਿੰਨੇ ਵੀ ਅੰਗ ਹੈ, ਇਹ ਸਾਰੀ ਸੇਵਾ ਤੁਸੀਂ ਆਪ ਨਾਲ ਹੋ ਕੇ ਨਿਭਾਉਣੀ ਹੈ। ਸਾਧ ਸੰਗਤ ਜੀ, ਪਹਿਲੇ ਦਿਨ ਸਤਿਗੁਰੂ ਜੀ ਨੇ ਜਿੰਨੀ ਬਾਣੀ ਉਚਾਰਨ ਕੀਤੀ ਭਾਈ ਮਨੀ ਸਿੰਘ ਜੀ ਨੇ, ਉਹ ਸਾਰੀ ਬਾਣੀ ਸਤਿਗੁਰੂ ਜੀ ਦੇ ਸਰੂਪ ਦੇ ਅੰਗਾਂ ਉੱਤੇ ਸੁਭਾਇਮਾਨ ਕੀਤੀ ਔਰ ਬਾਅਦ ਦੁਪਹਿਰ ਸਤਿਗੁਰਾਂ ਨੇ ਉਸੇ ਗੁਰਬਾਣੀ ਦੇ ਅਰਥ 48 ਸਿੰਘਾਂ ਨੂੰ ਆਪਣੇ ਮੁਖਾਰ ਵਿੱਚ ਤੋਂ ਇਸੇ
ਤਖਤ ਸਾਹਿਬ ਜੀ ਤੇ ਸਰਪਣ ਕਰਵਾਏ ਔਰ ਨੌ ਮਹੀਨੇ ਨੌ ਦਿਨ ਨੌ ਘੜੀਆਂ ਨੌ ਪਲਾਂ ਵਿੱਚ 1763 ਬਿਕਰਮੀ 23 ਸਾਵਣ 1706 ਈਸਵੀ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਸਮੇਤ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਸ਼ਾਮਿਲ ਕਰਨ ਦੇ ਨਾਲ ਨਾਲ ਇੱਕ ਓਅੰਕਾਰ ਤੋਂ ਲੈ ਕੇ 18-10-20 ਤੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਸ ਤਖਤ ਸਾਹਿਬ ਜੀ ਦੇ ਉੱਤੇ ਸੰਪੂਰਨਤਾ ਹੋਈ ਔਰ ਨਾਲ ਗੁਰਬਾਣੀ ਦੀ ਕਥਾ ਦੀ ਸੰਪੂਰਨਤਾ ਹੋਈ ਹੈ ਔਰ ਸਤਿਗੁਰੂ ਜੀ ਨੇ ਆਗਿਆ ਕੀਤੀ ਕਿ ਖਾਲਸਾ ਜੀ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰੋ ਔਰ ਪੰਜੀ ਸਿੰਘ ਅਖੰਡ ਪਾਠ ਸਾਹਿਬ ਦੀ ਸੇਵਾ ਵਿੱਚ ਲੱਗ ਕੇ ਸਾਰੀ ਸੇਵਾ ਨਿਭਾਓ ਔਰ ਉਹ ਪਹਿਲਾ ਸ੍ਰੀ ਅਖੰਡ ਪਾਠ ਸਾਹਿਬ ਤੱਕ ਸ੍ਰੀ ਦਮਦਮਾ ਸਾਹਿਬ ਵਿਖੇ ਹੋਇਆ ਜੋ 48 ਸਿੰਘਾਂ ਸਮੇਤ ਸਾਰੇ ਸਿੰਘਾਂ ਨੇ ਮਿਲ ਕੇ ਸੇਵਾ ਕੀਤੀ ਔਰ ਸਾਰਾ ਸ੍ਰੀ ਅਖੰਡ ਪਾਠ ਸਾਹਿਬ ਕਲਗੀ ਤੱਕ ਪਾਤਸ਼ਾਹ ਜੀ ਨੇ ਆਪ ਚੌਂਕੜਾ ਮਾਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਪ ਸਰਵਣ ਕੀਤਾ। ਗੁਰਬਾਣੀ ਸੁਣਨ ਦਾ ਕਿੰਨਾ ਵੱਡਾ ਮਹੱਤਵ ਹੈ। ਅੱਜ ਘਰਾਂ ਵਿੱਚ ਸਹਿਜ ਪਾਠ ਅਖੰਡ ਪਾਠ ਹੁੰਦੇ ਹੈ, ਘਰ ਦੇ ਜੀ ਜਾਂ ਬਾਹਰੋਂ ਆਏ ਜੀ ਅਖੰਡ ਪਾਠ ਸਾਹਿਬ ਸਰਵਣ ਕਰਨ ਵਾਸਤੇ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਬੈਠਣ ਤੋਂ ਬੜਾ ਸੰਕੋਚ ਕਰਦੇ। ਕਲਗੀ ਧਰ ਪਾਤਸ਼ਾਹ ਜੀ ਨੇ ਆਪ ਸਾਰਾ ਸੰਪੂਰਨ ਸ੍ਰੀ ਅਖੰਡ ਪਾਠ ਸਾਹਿਬ ਸਰਵਣ ਕੀਤਾ ਅਤੇ ਸਾਨੂੰ ਵੀ ਸਿੱਖਿਆ ਦਿੱਤੀ ਕਿ ਜਦੋਂ ਵੀ ਗੁਰਸਿੱਖ ਅਖੰਡ ਪਾਠ ਸਾਹਿਬ ਕਰਵਾਉਣ ਤਾਂ ਅਖੰਡ ਜਿੱਥੇ ਅਖੰਡ ਪਾਠ ਸਾਹਿਬ ਹੋ ਰਹੇ ਹੈ ਪਰਿਵਾਰ ਅਤੇ ਸੰਬੰਧੀ ਅਤੇ ਸੰਗਤਾਂ ਬੈਠ ਕੇ ਬਾਣੀ ਸਰਵਣ ਕਰਨ। ਸੋ ਸਾਧ ਸੰਗਤ ਜੀ ਜਦੋਂ ਭੋਗ ਪਾਏ ਗਏ, ਅਰਦਾਸ ਹੋਈ, ਸ਼੍ਰੀ ਮੁਖਵਾਕ ਆਏ, ਟੋਡੀ ਮਹੱਲਾ ਪੰਜਵਾ, ਸਤਿਗੁਰ ਆਇਓ ਸਰਨ ਤੁਹਾਰੀ, ਮਿਲੈ ਸੁਖ ਨਾਮ ਹਰ ਸੋਭਾ, ਚਿੰਤਾ ਲਾਹੀ ਮਾਰੀ। ਇਤਿਹਾਸ ਵਿੱਚ ਆਉਂਦਾ ਹੈ 48 ਸਿੰਘਾਂ ਨੂੰ ਕਲਗੀ ਧਰ ਪਾਤਸ਼ਾਹ ਜੀ ਦੀ ਕਿਰਪਾ ਨਾਲ ਇਸ ਕੁਰਬਾਨੀ ਦੀ ਕਿੰਨੀ ਵੱਡੀ ਅਲਾਹੀ ਕਰਾਮਾਤ ਵਰਤੀ ਹੈ, ਕ੍ਰਿਸ਼ਮਾ ਵਰਤਿਆ ਹੈ। ਇਹ 48 ਦੇ 48 ਸਿੰਘ ਵਿਦੇਹ ਮੁਕਤੀ ਦੇ ਆਨੰਦ ਵਿੱਚ ਲੀਨ ਹੋ ਜਾਂਦੇ। ਵਿਦੇਹ ਮੁਕਤੀ ਕੀ ਹੈ? ਜਿੱਥੇ ਦੇਹ ਦਾ ਚਿੱਤ ਚੇਤਾ ਨਾ ਰਹੇ, ਦੇਹ ਦਾ ਖਿਆਲ ਵੀ ਭੁੱਲ ਜਾਏ, ਸਰੀਰ ਤੋਂ ਉੱਤੇ ਪਰੇ ਚਲੀ ਗਈ ਹੈ ਅਵਸਥਾ, ਰਜੋ ਤੋਂ ਸਤੋ ਗੁਣ ਤੋਂ ਪਰੇ ਇਹਨਾਂ ਦੀ ਅਵਸਥਾ ਚਲੀ ਜਾਂਦੀ ਹੈ ਔਰ ਦੇਹ ਤੋਂ ਉੱਤੇ ਉੱਠ ਜਾਂਦੇ ਹੈ। ਐਸੀ ਵਿਦੇਹ ਮੁਕਤੀ ਨੂੰ ਪ੍ਰਾਪਤ ਕਰਨ ਵਾਲੇ ਉਹ ਗੁਰਮੁਖ ਗੁਰਸਿੱਖ ਜਦੋਂ ਉਸ ਆਨੰਦ ਵਿੱਚ ਮਗਨ ਹੋ ਜਾਂਦੇ ਹੈ ਤਾਂ ਉਸ ਵਕਤ ਸਤਿਗੁਰੂ ਮਹਾਰਾਜ ਜੀ ਨੇ ਦੀਰਘ ਕਾਲ ਲਈ ਸਾਡੇ ਤੇ ਤਰਸ ਕਰਕੇ ਕਿਰਪਾ ਕਰਕੇ ਭਾਈ ਮਨੀ ਸਿੰਘ ਜੀ, ਬਾਬਾ ਦੀਪ ਸਿੰਘ ਜੀ ਨੂੰ ਪਾਸ ਬੁਲਾਇਆ, ਆਗਿਆ ਕੀਤੀ ਕਿ ਤੁਹਾਡੀ ਦੋਨਾਂ ਦੀ ਇਹ ਸੇਵਾ ਹੈ ਜੋ ਗੁਰਬਾਣੀ ਦਾ ਸ਼ੁੱਧ ਪਾਠ ਅਤੇ ਸ਼ੁੱਧ ਅਰਥ ਬੋਧ ਤੁਸੀਂ ਸਾਡੇ ਕੋਲੋਂ ਸਰਵਣ ਕੀਤਾ, ਇਹ ਅਖੀਰਲੇ ਸਵਾਸ ਤੱਕ ਅਤੇ ਖਾਲਸੇ ਨੂੰ, ਗੁਰਸਿੱਖਾਂ ਨੂੰ, ਸਿੰਘਾਂ ਨੂੰ ਗੁਰਬਾਣੀ ਦਾ ਸ਼ੁੱਧ ਉਚਾਰਨ ਅਤੇ ਅਰਥ ਪੜ੍ਹਾਉਣ ਦੀ ਸੇਵਾ ਤੁਸੀਂ ਨਿਭਾਉਂਦੇ। ਭਾਈ ਮਨੀ ਸਿੰਘ ਜੀ, ਬਾਬਾ ਦੀਪ ਸਿੰਘ ਜੀ ਹੱਥ ਜੋੜ ਕੇ ਖੜ੍ਹੇ ਹੋ ਗਏ, ਕਹਿਣ ਲੱਗੇ ਸੱਚੇ ਪਾਤਸ਼ਾਹ ਜਿਹੜੀ ਹੁਣ ਅਵਸਥਾ ਦੇਹ ਤੋਂ ਪਰੇ ਵਾਲੀ ਵਿਦੇਹ ਮੁਕਤੀ ਸਾਨੂੰ ਤੁਸੀਂ ਬਖਸ਼ਿਸ਼ ਕੀਤੀ ਹੈ, ਜਦੋਂ ਅਸੀਂ ਗੁਰਬਾਣੀ ਪੜ੍ਹਾਵਾਂਗੇ, ਅਰਥ ਪੜ੍ਹਾਵਾਂਗੇ, ਸਾਡੀ ਅਵਸਥਾ ਦੇ ਰਸ ਵਿੱਚ, ਆਨੰਦ ਵਿੱਚ ਫਰਕ ਆ ਜਾਏਗਾ। ਅਸੀਂ ਸੰਸਾਰ ਦੇ ਵਿੱਚ ਖਚਿਤ ਨਹੀਂ ਰਹਿਣਾ ਚਾਹੁੰਦੇ, ਇਸ
ਕਰਕੇ ਸੱਚੇ ਪਾਤਸ਼ਾਹ ਅਸੀਂ ਇਸ ਰਸ ਨੂੰ ਛੱਡਣ ਤੋਂ ਮਜਬੂਰ ਹਾਂ। ਸਤਿਗੁਰੂ ਜੀ ਨੇ ਵਚਨ ਕੀਤੇ ਭਾਈ ਮਨੀ ਸਿੰਘ ਦੀ ਕਿਤੇ ਧਰਮ ਦੀ ਰੱਖਿਆ ਵਾਸਤੇ ਤੁਹਾਡਾ ਬੰਦ-ਬੰਦ ਵੀ ਕੱਢਿਆ ਗਿਆ ਤਾਂ ਵੀ ਤੁਹਾਡੇ ਇਸ ਆਨੰਦ ਇਸ ਅਵਸਥਾ ਇਸ ਰਸ ਵਿੱਚ ਕਦੇ ਫਰਕ ਨਹੀਂ ਪਏਗਾ। ਬਾਬਾ ਦੀਪ ਸਿੰਘ ਜੀ ਨੂੰ ਵਚਨ ਕੀਤਾ ਗੁਰਧਾਮਾਂ ਦੀ ਰੱਖਿਆ ਲਈ ਜੇ ਧਰ ਨਾਲੋਂ ਸੀਸ ਵੀ ਤੁਹਾਡਾ ਕਦੇ ਜੁਦਾ ਹੋ ਗਿਆ ਤਾਂ ਤੁਹਾਡੇ ਆਨੰਦ ਵਿੱਚ ਕਦੇ ਫਰਕ ਨਹੀਂ ਪਏਗਾ। ਉਸੇ ਵਕਤ ਸੀਸ ਢੁਕਾਇਆ, ਭਾਈ ਮਨੀ ਸਿੰਘ ਜੀ ਨੂੰ ਆਗਿਆ ਕੀਤੀ ਕਿ ਤੁਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਾਡੇ ਸੱਚਖੰਡ ਪਿਆਰੇ ਤੋਂ ਬਾਅਦ ਉੱਥੇ ਜਾ ਕੇ ਸਾਰੀ ਸੇਵਾ ਸੰਭਾਲ ਕਰਨੀ ਹੈ ਔਰ ਉੱਥੇ ਸਿੰਘਾਂ ਨੂੰ ਗੁਰਬਾਣੀ ਦਾ ਸ਼ੁੱਧ ਸ਼ੁੱਧ ਪਾਠ ਅਤੇ ਅਰਥਾਂ ਦੀ ਸੇਵਾ ਨਿਭਾਉਂਦੇ ਹੋਇਆਂ ਇੱਕ ਪਰਉਪਕਾਰ ਕਰਨਾ ਹੈ। ਧੰਨ ਬਾਬਾ ਦੀਪ ਸਿੰਘ ਜੀ ਨੂੰ ਵਚਨ ਕੀਤਾ ਕਿ ਜਿੱਥੇ ਸਾਡਾ ਤਖ਼ਤ ਹੈ ਦਮਦਮਾ ਸਾਹਿਬ ਉੱਥੇ ਇਸੇ ਤਖ਼ਤ ਦੇ ਨਾਮ 'ਤੇ ਅਸੀਂ ਦਮਦਮੀ ਟਕਸਾਲ ਜਥੇਬੰਦੀ ਦੀ ਸਥਾਪਨਾ ਕਰਦੇ ਹਾਂ ਔਰ ਪਹਿਲਾ ਮੁਖੀ ਜਥੇਦਾਰ ਤੁਹਾਨੂੰ ਥਾਪਦੇ ਹਾਂ ਔਰ ਤੁਸੀਂ ਇਸੇ ਤਖ਼ਤ ਸਾਹਿਬ 'ਤੇ ਰਹਿ ਕੇ ਇਹ ਸਾਰੀਆਂ ਸੇਵਾਵਾਂ ਨਿਭਾਉਣੀਆਂ ਹਨ। ਸਾਧ ਸੰਗਤ ਜੀ, ਧੰਨ ਬਾਬਾ ਦੀਪ ਸਿੰਘ ਜੀ ਨੇ ਆਪਣਾ ਸੀਸ ਝੁਕਾਇਆ, ਸਤਿਗੁਰੂ ਜੀ ਦੀ ਆਗਿਆ ਦਾ ਪਾਲਣ ਕੀਤਾ। ਇਸ ਤਖ਼ਤ ਸਾਹਿਬ ਜੀ ਤੋਂ ਸਤਿਗੁਰੂ ਜੀ 1706 ਵਿੱਚ ਰਵਾਨਾ ਹੋ ਕੇ 1708 ਈਸਵੀ ਸਨ ਔਰ 1765 ਸੰਮਤ ਵਿੱਚ ਸਤਿਗੁਰੂ ਜੀ ਤਖ਼ਤ ਸ੍ਰੀ ਹਜ਼ੂਰ ਸਾਹਿਬ ਪਹੁੰਚ ਜਾਂਦੇ ਹੈ। ਉੱਥੇ ਸੱਚਖੰਡ ਪੈਦਾ ਕਰਨ ਤੋਂ ਪਹਿਲਾਂ ਸਤਿਗੁਰੂ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦਾ ਮਹਾਨ ਤਖ਼ਤ ਬਖਸ਼ਿਸ਼ ਕਰਦੇ ਹੈ ਔਰ ਆਪ ਸੱਚਖੰਡ ਪੈਦਾ ਕਰਕੇ ਜੋਤੀ ਜੋਤ ਸਮਾ ਜਾਂਦੇ ਹਨ। ਧੰਨ ਬਾਬਾ ਦੀਪ ਸਿੰਘ ਜੀ ਇਸ ਤਖ਼ਤ ਸਾਹਿਬ 'ਤੇ ਆ ਕੇ ਬਹੁਤ ਵੱਡੀਆਂ ਸੇਵਾਵਾਂ, ਤਖ਼ਤ ਸਾਹਿਬ ਜੀ ਦੀ ਸੇਵਾ ਦਾ ਨਾਮ ਨਿਰਮਾਣ ਔਰ ਇੱਥੇ ਸੁੰਦਰ ਜਲਦੀ ਸੰਗਤਾਂ ਦੇ ਅੰਦਰ ਘਾਟ ਪੂਰੀ ਕਰਨ ਵਾਸਤੇ ਲੰਗਰਾਂ ਅਤੇ ਸੇਵਾਵਾਂ ਵਾਸਤੇ ਖੂਹ ਲਗਵਾਉਂਦੇ ਆ, ਘੋੜੇ ਦਾ ਨਿਰਮਾਣ ਕਰਦੇ ਆ ਔਰ ਇਸ ਤਖ਼ਤ ਸਾਹਿਬ 'ਤੇ ਰਹਿ ਕੇ ਚਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪਣੇ ਹੱਥੀਂ ਆਪ ਲਿਖਣ ਦੀ ਸੇਵਾ ਕਰਦੇ ਆ। ਇੱਕ ਅਰਬੀ ਭਾਸ਼ਾ ਵਿੱਚ ਪਹਿਲੀ ਵਾਰ ਧੰਨ ਬਾਬਾ ਦੀਪ ਸਿੰਘ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਖ ਕੇ ਅਰਬ ਦੇਸ਼ਾਂ ਦੀ ਸੰਗਤ ਲਈ ਇੱਥੋਂ ਭੇਜਣਾ ਕੀਤਾ ਔਰ ਗੁਰਬਾਣੀ ਦੀਆਂ ਪੋਥੀਆਂ ਲਿਖਦੇ ਖਾਲਸੇ ਨੂੰ ਗੁਰਬਾਣੀ ਦਾ ਉਚਾਰਨ ਕਰਨ ਵਾਸਤੇ ਨਾਲ ਨਾਲ ਗੁਰਬਾਣੀ ਦੇ ਅਰਥ ਗੁਰਸਿੱਖਾਂ ਨੂੰ ਸਰਬਤ ਕਰਵਾਉਂਦੇ, ਗੁਰਬਾਣੀ ਦਾ ਸ਼ੁੱਧ ਪਾਠ ਬੋਧ ਗੁਰਸਿੱਖਾਂ ਨੂੰ ਆਪਣੇ ਮੁਖਾਰ ਦੇ ਤੋਂ ਸਰਬਤ ਕਰਵਾਉਂਦੇ ਔਰ ਸਾਧ ਸੰਗਤ ਦੀ ਗੁਜ਼ਾਰਾ ਕਿਵੇਂ ਕਰਦੇ ਸਨ, ਝਾੜੀਆਂ ਦੇ ਬੇਰੀਆਂ ਦੇ ਬੇਰ ਲੈ ਕੇ ਮੌਸਮ ਦੇ ਵਿੱਚ ਤਾਜ਼ੇ ਫਲ ਔਰ ਮੌਸਮ ਤੋਂ ਬਿਨਾਂ ਅੰਨ ਦੀ ਉਸ ਸਮੇਂ ਵਾਲਵੇ ਦੀ ਧਰਤੀ 'ਤੇ ਬੜੀ ਭਾਰੀ ਘਾਟ ਸੀ, ਉਹਨਾਂ ਫਲਾਂ ਨੂੰ ਛਾਵੇਂ ਸੁਕਾ ਕੇ ਸੁੱਤੇ ਬੇਰਾਂ ਨੂੰ ਪਾਣੀ ਵਿੱਚ ਭਿਓ ਕੇ ਖਾ ਕੇ ਜਾਂ ਛੋਲੇ ਜਿਨ੍ਹਾਂ ਨੂੰ ਖਾਲਸਾ ਬਦਾਮ ਆਖਦਾ, ਭੁੱਜੇ ਬਦਾਮ ਭੁੱਜੇ ਛੋਲੇ ਖਾ ਕੇ ਕੇਵਲ ਜਲ ਪੀ ਕੇ ਇੰਨਾ ਸਬਰ ਔਰ ਸ਼ੁਕਰ ਦੇ ਨਾਲ ਐਡੀ ਵੱਡੀ ਮਹਾਨ ਧਾਰਨਾ ਕਰਦੇ ਹੈ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਿਖਣ ਦੀ ਸੇਵਾ ਲਵਾਉਂਦੇ ਹੈ ਔਰ ਚਾਰੇ ਭਗਤਾਂ 'ਤੇ ਉਹ ਸਰੂਪ ਧੰਨ ਬਾਬਾ ਦੀਪ ਸਿੰਘ ਜੀ ਪ੍ਰਕਾਸ਼ ਕਰਨ ਵਾਸਤੇ ਭੇਜਦੇ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਔਰ ਇਸ ਤਖ਼ਤ ਸਾਹਿਬ ਦੇ ਇੱਕ ਪਟਨਾ ਸਾਹਿਬ ਇੱਕ ਤਖ਼ਤ ਸ੍ਰੀ ਹਜ਼ੂਰ ਸਾਹਿਬ। ਸਾਧ ਸੰਗਤ ਜੀ, ਐਡੀਆਂ ਵੱਡੀਆਂ ਮਹਾਨ ਸੇਵਾ ਉਹਨਾਂ ਮਹਾਂਪੁਰਖਾਂ ਨੇ ਨਿਭਾਈ।
ਜਦੋਂ ਅਕਾਲੀ ਦੀ ਫੌਜ ਨੇ ਸੱਖਣ ਸ੍ਰੀ ਹਰਿਮੰਦਰ ਸਾਹਿਬ 'ਤੇ ਹਮਲਾ ਕੀਤਾ, ਮੁੱਖੀ ਭਰ ਸਿੰਘਾਂ ਨੂੰ ਨਾਲ ਲੈ ਕੇ ਸਾਧ ਸੰਗਤ ਜੀ ਤਰਨ ਤਾਰਨ ਸਾਹਿਬ ਸਰੋਵਰ ਵਿੱਚ ਇਸ਼ਨਾਨ ਕਰਕੇ ਦੇਹ ਕਰਵਾ ਕੇ ਅਰਦਾਸਾਂ ਕਰਦੇ ਹੈ। ਕੱਲ੍ਹ ਅਰਦਾਸਾ ਸਿੰਘ ਜੀ ਤੁਰਪੇ ਫਤਿਹ ਬੁਜਾਏ ਕਿ ਉਹ ਸਾਡੇ ਇਤਿਹਾਸ ਦੇ ਬਚਨ ਹਨ, ਜਿੱਥੇ ਸਾਧ ਸੰਗਤ ਜੀ ਗੁਰਦੁਆਰਾ ਟਾਹਲਾ ਸਾਹਿਬ ਹੈ ਇੱਥੇ ਘਾਟਾਂ ਨੂੰ ਸੀਸ ਵੱਖ ਹੋ ਜਾਂਦਾ ਹੈ ਔਰ ਇੱਥੋਂ ਆਪਣਾ ਸੀਸ ਤਲੀ 'ਤੇ ਰੱਖ ਕੇ 18 ਸੇਰ ਪੱਕੇ ਦਾ ਖੰਡਾ ਲੈ ਕੇ ਸੱਖਣ ਸ੍ਰੀ ਹਰਿਮੰਦਰ ਸਾਹਿਬ ਪਰ ਵੈਰੀਆਂ ਦੇ ਆਪ ਲਾਉਂਦੇ ਹੋਏ ਆਪ ਵੈਰੀਆਂ ਦੇ ਘੇਰੇ ਵਿੱਚੋਂ ਹਰਿਮੰਦਰ ਸਾਹਿਬ ਨੂੰ ਆਜ਼ਾਦ ਕਰਵਾ ਕੇ ਸੱਖਣ ਸ੍ਰੀ ਹਰਿਮੰਦਰ ਸਾਹਿਬ ਜੀ ਦੀਆਂ ਪ੍ਰਕਰਮਾਂ ਵਿੱਚ ਆਪਣਾ ਸੀਸ ਭੇਟਾ ਕਰਕੇ ਆਪਣੇ ਹੱਥੀ ਇਹ ਸਤਿਗੁਰੂ ਜੀ ਦੇ ਚਰਨਾਂ ਵਿੱਚ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਸੀਸ ਦੀ ਭੇਟਾ ਅਰਪਣ ਕਰਕੇ ਆਪ ਜੀ ਸ਼ਹੀਦੀ ਪ੍ਰਾਪਤ ਕਰ ਜਾਂਦੇ ਹਨ। ਸਾਧ ਸੰਗਤ ਜੀ ਪਹਿਲੇ ਮੁਖੀ ਅਮਰ ਸ਼ਹੀਦ ਧੰਨ ਬਾਬਾ ਦੀਪ ਸਿੰਘ ਜੀ, ਦੂਸਰੇ ਮੁਖੀ ਦਮਦਮੀ ਟਕਸਾਲ ਦੇ ਅਮਰ ਸ਼ਹੀਦ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਦੂਜੇ ਜਥੇਦਾਰ ਵੀ ਸਨ ਔਰ ਜਿਨ੍ਹਾਂ ਦਾ ਨਾਮ ਸੀ ਅਮਰ ਸ਼ਹੀਦ ਧੰਨ ਬਾਬਾ ਗੁਰਬਖਸ਼ ਸਿੰਘ ਜੀ, ਜਿਨ੍ਹਾਂ ਦਾ ਸ਼ਹੀਦ ਪੁੰਗਾ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਮਗਰ ਸੁਭਾਏਮਾਨ ਹੈ। ਕੇਵਲ 30 ਸਿੰਘਾਂ ਨੂੰ ਨਾਲ ਲੈ ਕੇ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੀ ਰੱਖਿਆ ਲਈ ਧਰ ਦੇ ਨਾਲ ਲੜਦੇ ਹੋਏ ਬਿਨਾਂ ਸੀਸ ਤੋਂ ਉਹ ਵੀ ਕੁਰਬਾਨੀ ਕਰਦੇ ਹਨ। ਕਿੰਨੀਆਂ ਵੱਡੀਆਂ ਮਹਾਨ ਕੁਰਬਾਨੀਆਂ ਦਾ ਮਹਾਂਪੁਰਖਾਂ ਦੀਆਂ ਗੁਰਸਿੱਖਾਂ ਦੀਆਂ ਤੋਂ ਦੂਜੇ ਮੁਖੀ ਧੰਨ ਬਾਬਾ ਗੁਰਬਖਸ਼ ਸਿੰਘ ਜੀ, ਇਸੇ ਤਰ੍ਹਾਂ ਤੀਸਰੇ ਮੁਖੀ ਧੰਨ ਭਾਈ ਸੂਰਤ ਸਿੰਘ ਜੀ ਔਰ ਚੌਥੇ ਭਾਈ ਗੁਰਦਾਸ ਸਿੰਘ ਜੀ, ਪੰਜਵੇਂ ਮੁਖੀ ਮਹਾਂਪੁਰਖ ਗਿਆਨੀ ਸੰਤ ਸਿੰਘ ਜੀ, ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਪ੍ਰੇਰਨਾ ਦੇ ਕੇ ਸੱਖਣ ਸ੍ਰੀ ਹਰਿਮੰਦਰ ਸਾਹਿਬ ਉੱਤੇ ਸਾਰਾ ਸੋਨਾ ਲਗਵਾਇਆ ਔਰ ਉਹਨਾਂ ਤੋਂ ਬਾਅਦ ਸਾਧ ਸੰਗਤ ਜੀ ਸੰਤ ਭਾਈ ਦਇਆ ਸਿੰਘ ਜੀ ਔਰ ਉਸ ਤੋਂ ਬਾਅਦ ਸੰਤ ਗਿਆਨੀ ਭਗਵਾਨ ਸਿੰਘ ਜੀ, ਸੰਤ ਗਿਆਨੀ ਭਗਵਾਨ ਸਿੰਘ ਜੀ ਤੋਂ ਬਾਅਦ ਬਾਬਾ ਹਰਨਾਮ ਸਿੰਘ ਜੀ ਜੋ ਧੰਨ ਗੁਰੂ ਨਾਨਕ ਦੇਵ ਜੀ ਦੀ ਬਸ ਬੇਦੀਆਂ ਵਿੱਚੋਂ ਸਨ ਔਰ ਉਹਨਾਂ ਤੋਂ ਉਪਰੰਤ ਮਹਾਂਪੁਰਖ ਸੰਤ ਬਾਬਾ ਕ੍ਰਿਸ਼ਨ ਸਿੰਘ ਜੀ ਮੁਰਾਲੇ ਵਾਲੇ, ਉਹਨਾਂ ਤੋਂ ਉਪਰੰਤ 11ਵੇਂ ਮੁਖੀ ਮਹਾਂਪੁਰਖ ਬ੍ਰਹਮ ਗਿਆਨੀ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਔਰ ਉਹਨਾਂ ਤੋਂ ਉਪਰੰਤ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, 13ਵੇਂ ਮੁਖੀ ਮਹਾਂਪੁਰਖ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, 14ਵੇਂ ਮੁਖੀ ਮਹਾਨ ਸ਼ਹੀਦ ਮਹਾਂਬਲੀ ਯੋਧੇ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਔਰ 15ਵੇਂ ਮੁਖੀ ਮਹਾਂਪੁਰਖ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ। ਸਾਧ ਸੰਗਤ ਜੀ ਨਾਲ ਸਮੂਹ ਮੁਖੀਆਂ ਨੇ ਸਿੱਖ ਪੰਥ ਦੀਆਂ ਬਹੁਤ ਵੱਡੀਆਂ ਸੇਵਾਵਾਂ, ਇਸ ਸੰਸਥਾ ਦੇ ਮੁੱਖ ਸੇਵਾਦਾਰ ਰਹਿ ਕੇ ਮਹਾਨ ਸੇਵਾਵਾਂ ਨਿਭਾਈਆਂ ਹਨ। ਸੋ ਸਾਧ ਸੰਗਤ ਜੀ ਅੱਜ ਦਮਦਮੀ ਟਕਸਾਲ ਦਾ ਸਥਾਪਨਾ ਦਿਹਾੜਾ ਹੈ, ਬੜੀ ਸ਼ਰਧਾ ਔਰ ਭਾਵਨਾ ਨਾਲ ਇਹ ਦਿਹਾੜਾ ਇਸ ਤਖਤ ਸਾਹਿਬ ਜੀ 'ਤੇ ਹਰ ਸਾਲ ਮਨਾਇਆ ਜਾਂਦਾ ਹੈ। ਸਾਧ ਸੰਗਤ ਜੀ 1906 ਵਿੱਚ 2006 ਵਿੱਚ ਇਹ ਦਿਹਾੜਾ 300 ਸਾਲਾਂ ਦਮਦਮੀ ਟਕਸਾਲ ਦਾ ਸਾਰੀ ਜਥੇਬੰਦੀ ਨੇ ਬੜੀ ਸ਼ਰਧਾ ਔਰ ਭਾਵਨਾ ਦੇ ਨਾਲ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਮਨਾਇਆ ਸੀ, ਜਿਸ ਵਿੱਚ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ 'ਚ ਆ ਕੇ ਹਾਜ਼ਰੀਆਂ ਭਰੀਆਂ ਸਨ ਔਰ ਸਾਧ ਸੰਗਤ ਜੀ ਉਸ ਸਮੇਂ ਤੋਂ ਲੈ ਕੇ ਇਸ ਤਖਤ ਸ੍ਰੀ ਦਮਦਮਾ ਸਾਹਿਬ ਸਾਬੋ ਦੀ ਤਲਵੰਡੀ ਵਿਖੇ ਹਰ ਸਾਲ ਹੀ ਦਮਦਮੀ ਟਕਸਾਲ ਦਾ ਸਥਾਪਨਾ ਦਿਹਾੜਾ
ਬੜੀ ਸ਼ਰਧਾ ਔਰ ਭਾਵਨਾ ਨਾਲ ਮਨਾਇਆ ਜਾਂਦਾ ਹੈ। ਔਰ ਜਥੇਬੰਦੀ ਵੱਲੋਂ ਜਥੇਦਾਰ ਭਾਈ ਸੁਖਦੇਵ ਸਿੰਘ ਜੀ ਆਰਫ ਨੇ, ਜੋ ਹਰ ਸਾਲ ਆ ਕੇ ਸ੍ਰੀ ਹਰਿਮੰਦਰ ਸਾਹਿਬ ਪ੍ਰਾਰੰਭ ਕਰਵਾਉਂਦੇ ਆ, ਸਾਰੇ ਪ੍ਰੋਗਰਾਮਾਂ 'ਚ ਵੱਡਾ ਯੋਗਦਾਨ ਪਾਉਂਦੇ ਆ, ਔਰ ਹਰ ਸਾਲ ਇਹ ਦਿਹਾੜਾ ਬੜੀ ਸ਼ਰਧਾ ਨਾਲ ਇੱਥੇ ਮਨਾਇਆ ਜਾਂਦਾ, ਔਰ ਪਿਛਲੇ ਦਿਨਾਂ ਤੋਂ ਬੜੇ ਪ੍ਰੇਮ ਨਾਲ ਸਮਾਗਮ ਚੱਲ ਰਹੇ ਆ ਦੋਨੋਂ ਸੋਨੇ, ਜਿੱਥੇ ਤਖ਼ਤ ਸਾਹਿਬ ਜੀ ਦੇ ਰਾਗੀ ਜਥੇ ਕੀਰਤਨ ਦੀ ਹਾਜ਼ਰੀ ਭਰਦੇ ਆ, ਵਿਦਵਾਨ ਸਿੰਘ ਹਾਜ਼ਰੀ ਭਰਦੇ ਆ, ਉੱਥੇ ਦਮਦਮੀ ਟਕਸਾਲ ਦੇ ਮਹਾਨ ਵਿਦਵਾਨ ਸਤਕਾਰ ਜੋ ਗਿਆਨੀ ਦੀਵਾ ਸਿੰਘ ਜੀ ਆਪ ਜੀ ਨੂੰ ਕਥਾ ਗੁਰਬਾਣੀ ਦੀ ਗੁਰ ਇਤਿਹਾਸ ਦੀ ਸਰਪਣ ਕਰਵਾਉਂਦੇ ਰਹੇ, ਔਰ ਅੱਜ ਮੁੱਖ ਸਮਾਗਮ ਹੈ, ਔਰ ਇਹ ਸਾਰੇ ਸਮਾਗਮ ਜਿੱਥੇ ਸਤਿਗੁਰਾਂ ਦੀ ਬਖਸ਼ਿਸ਼ ਨਾਲ ਹੋ ਰਹੇ ਹੈ, ਉੱਥੇ ਤਖ਼ਤ ਸ੍ਰੀ ਦਮਦਮਾ ਸਾਹਿਬ ਜੀ ਦੇ ਔਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਬਹੁਤ ਵੱਡਾ ਸਹਿਯੋਗ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਵੱਡਾ ਯੋਗ ਹੈ, ਸਥਾਨਕ ਤੌਰ 'ਤੇ ਮੈਨੇਜਰ ਸਾਹਿਬ ਸਾਰੇ ਪ੍ਰਬੰਧਕ ਸਿੰਘਾਂ ਦਾ ਵੱਡਾ ਵਡਮੁੱਲਾ ਯੋਗਦਾਨ ਇਹਨਾਂ ਸਥਾਪਨਾ ਦਿਹਾੜਿਆਂ ਦੇ ਵਿੱਚ ਹੈ। ਸੋ ਸਾਧ ਸੰਗਤ ਜੀ, ਗੁਰਦੁਆਰਾ ਦਮਦਮਾ ਸਾਹਿਬ ਜੋ ਨਾਲ ਹੀ ਹੈ, ਇੱਥੇ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਵਾਹ ਚੱਲ ਰਹੇ ਹੈ, ਗੰਗ ਭਗਤ ਦਾਸ ਤੋਂ ਉਪਰੰਤ ਸ਼ਸਤਰਾਂ ਦੇ ਦਰਸ਼ਨ ਕਰਨ ਤੋਂ ਉਪਰੰਤ ਸਤਿਗੁਰੂ ਜੀ ਦੇ ਵੱਲੋਂ ਚੱਲ ਰਹੇ ਗੁਰਬਾਣੀ ਦੇ ਪ੍ਰਵਾਹ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਭੋਗ ਪੈਣਗੇ, ਔਰ ਭੋਗ ਤੋਂ ਉਪਰੰਤ ਸਾਧ ਸੰਗਤ ਜੀ ਫਿਰ ਇਸੇ ਤਖ਼ਤ ਸਾਹਿਬ ਜੀ ਦੇ ਉੱਤੇ ਦੀਵਾਨ ਸਜੇਗਾ, ਜਿਹਦੇ ਵਿੱਚ ਦਮਦਮੀ ਟਕਸਾਲ ਦੇ ਵਿਦਵਾਨ ਔਰ ਕਥਾ ਵਾਚਕ ਸਿੰਘ ਰਾਗੀ ਢਾਡੀ ਸਿੰਘ ਆਪ ਸੰਗਤਾਂ ਦੇ ਨਾਲ ਗੁਰੂਪਾ ਜਸ ਸਰਵਣ ਕਰਾਉਣ ਦੀ ਸਾਂਝ ਪਾਉਣਗੇ। ਸੋ ਆਓ ਸੰਗਤ ਜੀ, ਸਮਾਂ ਨਹੀਂ ਬਹੁਤ ਆ ਗਿਆ ਦਿੰਦਾ, ਸਮੇਂ 'ਚ ਰਹਿ ਕੇ ਸੰਪੂਰਨਤਾ ਹੋ ਸਕੇ, ਜੋ ਤਖ਼ਤ ਸ੍ਰੀ ਦਮਦਮਾ ਸਾਹਿਬ ਅੱਗੇ ਗੁਰਬਾਣੀ ਦੀ ਲੜੀਵਾਰ ਕਥਾ ਚੱਲ ਰਹੀ ਹੈ, ਉਸ ਲੜੀਵਾਰ ਕਥਾ ਦਾ ਇੱਕ ਸ਼ਬਦ ਪ੍ਰਭਾਤੀ ਰਾਗ ਦੇ ਵਿੱਚ ਧੰਨੂ ਅਰਜਨ ਦੇਵ ਸਾਹਿਬ ਜੀ ਨੇ ਉਚਾਰਨ ਕੀਤੇ ਹੈ, ਉਹਨਾਂ ਦੀ ਕਥਾ ਆਪ ਸੰਗਤਾਂ ਮਨ ਬਿਰਤੀ ਨੂੰ ਅਕਾਦਰ ਕਰਕੇ ਸ਼ਰਧਾ ਭਾਵਨਾ ਨਾਲ ਸਰਵਣ ਕਰੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪ੍ਰਭਾਤੀ ਮਹੱਲਾ ਪੰਜਵਾਂ। ਧੰਨੂ ਅਰਜਨ ਦੇਵ ਸੱਜੇ ਪਾਤਸ਼ਾਹ ਜੀ ਪ੍ਰਭਾਤੀ ਰਾਗ ਵਿੱਚ ਪ੍ਰਭਾਤ ਦੇ ਸਮੇਂ ਅੰਮ੍ਰਿਤ ਵੇਲੇ ਰਾਗ ਕਾਇਮ ਕਰਨ ਦੀ ਮਰਿਆਦਾ ਹੈ, ਔਰ ਇਹ ਗੁਰਸਿੱਖ ਇਹ ਗੁਰਬਾਣੀ ਦਾ ਜਿੱਤੋਂ ਪਾਵਨ ਪਵਿੱਤਰ ਸਰਵਣ ਮੰਨਣ ਦੀ ਇਸ ਯੁਕਤੀ ਨੂੰ ਆਪਣੇ ਜੀਵਨ ਵਿੱਚ ਕਮਾ ਲਵੇਗਾ, ਗੁਰਬਾਣੀ ਨੂੰ ਸ਼ਰਧਾ ਨਾਲ ਸਰਵਣ ਕਰੇਗਾ, ਵਿਸ਼ਵਾਸ ਨਾਲ ਦਿਲ ਭਰੋਸੇ ਨਾਲ ਇਸ ਗੁਰਬਾਣੀ ਦੀ ਜੇਕਰ ਤੂੰ ਕਮਾਈ ਕਰੇਗਾ ਨਾ, ਤੇਰੇ ਜੀਵਨ ਵਿੱਚ ਵੀ ਇੱਕ ਪ੍ਰਭਾਵ ਆਏਗੀ, ਜਿਸ ਨਾਲ ਤੇਰੇ ਜੀਵਨ ਦਾ ਗਿਆਨ ਦਾ ਅੰਧਕਾਰ ਤੇਰਾ ਹਮੇਸ਼ਾ ਹਮੇਸ਼ਾ ਲਈ ਦੂਰ ਹੋ ਜਾਏ, ਔਰ ਗਿਆਨ ਅੰਦਰ ਬੁਰਦੀਆ ਗਿਆਨ ਅੰਧੇਰ ਬਨਾਸ, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਕਾਸ਼, ਗੁਰੂ ਐਸੀ ਪ੍ਰਭਾਵ ਚੜਾ ਦੇਗਾ ਤੇਰੇ ਹਿਰਦੇ ਵਿੱਚ ਕਿ ਤੈਨੂੰ ਬ੍ਰਹਮ ਗਿਆਨ ਦੀ ਦਾਤ ਬਖਸ਼ਿਸ਼ ਕਰ ਦੇਵੇਗਾ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸਤਿਗੁਰੂ ਦੇ ਚਰਨ ਕਮਲ ਸਰੀਕੇ ਗੁਰ ਇਤਿਹਾਸ ਵਿੱਚ ਆਉਂਦਾ ਕਮਲ ਸਰੀਕੇ ਚਰਨ ਇਹ
ਜਾਂਦੀ ਸਾਧ ਸੰਗਤ ਜੀ ਪਰ ਕਮਲਾ ਨਾਲ ਆਉਂਦੀ। ਜੇ ਆਪਾਂ ਕਮਲ ਦੀ ਵਿਆਖਿਆ ਕਰਾਂਗੇ ਨਾ ਤੇ ਇੱਕ ਇੱਕ ਸ਼ਬਦ ਤੋਂ ਇਸ ਦਾ ਇੱਕ ਇੱਕ ਅਰਥ ਦੇਵਾਂਗੇ ਨਾ ਕੱਕੇ ਤੋਂ ਕਾਲੇ ਪਾਪ ਮੰਮੇ ਤੋਂ ਹੋਮੇ ਦੀਆਂ ਜਿੰਨੀਆਂ ਵੀ ਮੈਲਾਂ ਹਨ ਔਰ ਲੱਲੇ ਤੋਂ ਲੋਭ ਆਦਿ ਜਿੰਨੇ ਦੋਸ਼ ਵਿਕਾਰ ਹਨ ਇਹ ਸਾਰਿਆਂ ਨੂੰ ਦੂਰ ਕਰਨ ਦੀ ਸਮਰੱਥਾ ਜਿਹਨਾਂ ਵਿੱਚ ਹੈ ਉਹਨਾਂ ਦਾ ਨਾਮ ਚਰਨ ਹੈ। ਉਹ ਚਰਨ ਗੁਰੂ ਦੇ ਚਰਨ, ਉਹ ਚਰਨ ਕਲਗੀਧਰ ਪਾਤਸ਼ਾਹ ਦਸਾਂ ਸਤਿਗੁਰਾਂ ਦੇ ਚਰਨ, ਉਹ ਅਕਾਲ ਪੁਰਖ ਵਾਹਿਗੁਰੂ ਦੇ ਚਰਨ ਹੈ ਔਰ ਸੱਚੇ ਪਾਤਸ਼ਾਹ ਹੁਣ ਤਾਂ ਅਸੀਂ ਸਰਗੁਣ ਸਰੂਪ ਦੇ ਚਰਨਾਂ ਦੇ ਵੀ ਦਰਸ਼ਨ ਵੀ ਕਰ ਸਕਦੇ, ਅਕਾਲ ਪੁਰਖ ਦੇ ਚਰਨਾਂ ਦੇ ਦਰਸ਼ਨ ਕਿੱਥੋਂ ਹੋਣਗੇ। ਸਿੱਖ ਬੇਨਤੀ ਕਰਦਾ ਗੁਰੂ ਦੇ ਚਰਨਾਂ ਵਿੱਚ ਤਾਂ ਫਿਰ ਸਤਿਗੁਰੂ ਸਿੱਖ ਦੀ ਇਸ ਵਿਚਾਰ ਦਾ ਉੱਤਰ ਦਿੰਦੇ ਆ, ਸ਼ੰਕਾ ਦਾ ਉੱਤਰ ਦਿੰਦੇ। ਚਿੱਤ ਚਰਨ ਨਾਮ ਹਿਰਦੈ ਚਰਨ ਸ਼ਬਦ ਸਤਿਗੁਰੂ ਕੋ ਨਾਨਕ ਵਾਧਿਓ ਪਾ। ਇਹ ਸਿੱਖਾ ਜਿਹੜੀ ਗੁਰੂ ਕੀ ਬਾਣੀ ਹੈ, ਗੁਰੂ ਕਾ ਸ਼ਬਦ ਜਿਹੜਾ ਮੂਲ ਮੰਤਰ ਹੈ, ਵਾਹਿਗੁਰੂ ਮੰਤਰ ਹੈ, ਇਹ ਵਾਹਿਗੁਰੂ ਦੇ ਚਰਨ ਹਨ। ਜੇ ਇਹਨਾਂ ਚਰਨਾਂ ਨੂੰ ਅਭਿਆਸ ਕਰਦਿਆਂ ਕਰਦਿਆਂ ਜਾਪ ਕਰਦਿਆਂ ਕਰਦਿਆਂ ਤੂੰ ਹਿਰਦੇ ਵਿੱਚ ਵਸਾ ਲਵੇਂਗਾ ਨਾ, ਤੇਰੇ ਹਿਰਦੇ ਵਿੱਚੋਂ ਸਾਰੀਆਂ ਮੈਲਾਂ ਦੇ ਚਰਨ ਦੂਰ ਕਰਨ ਦੀ ਸ਼ਕਤੀ ਰੱਖਣ। ਜਦੋਂ ਤੇਰੇ ਹਿਰਦੇ ਵਿੱਚ ਇਹ ਨਾਮ ਰੂਪ ਬਾਣੀ ਰੂਪ ਚਰਨ ਵਸ ਗਏ ਨਾ, ਔਰ ਇਸ ਬਾਣੀ ਰੂਪ ਚਰਨਾਂ ਵਿੱਚੋਂ ਸਰਵਣ ਸਰੂਪ ਦੇ ਚਰਨਾਂ ਦੇ ਵੀ ਦੀਦਾਰ ਹੋ ਜਾਂਦੇ, ਨਿਰਾਕਾਰ ਦੇ ਚਰਨਾਂ ਦੇ ਵੀ ਗੁਰਮੁਖਾਂ ਨੂੰ ਗੁਰਸਿੱਖਾਂ ਨੂੰ ਦੀਦਾਰ ਹੋ ਜਾਂਦੇ। ਇਸ ਕਰਕੇ ਐਸੇ ਮਹਾਨ ਚਰਨ ਧੰਨ ਭਾਈ ਹਰੀ ਸਿੰਘ ਜੀ ਨੇ ਕਲਗੀਧਰ ਦੇ ਚਰਨਾਂ ਦਾ ਧਿਆਨ ਧਾਰਿਆ ਅਤੇ ਬੰਦ ਕਟਵਾ ਕੇ ਸ਼ਹੀਦੀ ਦੇ ਗਏ। ਧੰਨ ਬਾਬਾ ਦੀਪ ਸਿੰਘ ਜੀ ਨੇ ਕਲਗੀਧਰ ਪਾਤਸ਼ਾਹ ਜੀ ਦੇ ਚਰਨ ਦਾ ਧਿਆਨ ਧਾਰਿਆ ਤਾਂ ਧਰਨਾ ਅਸੀਸ ਵੱਖਰਾ ਹੋਣ ਤੋਂ ਬਾਅਦ ਵੀ ਆਪਣਾ ਪ੍ਰਣ ਪੂਰਾ ਕਰ ਗਏ। ਇਹ ਚਰਨਾਂ ਦੀ ਸ਼ਕਤੀ, ਗੁਰੂ ਦੇ ਚਰਨਾਂ ਦੀ ਏਡੀ ਵੱਡੀ ਕਰਾਮਾਤ, ਗੁਰੂ ਦੇ ਚਰਨਾਂ ਦੀ ਇਹ ਸ਼ਕਤੀ ਹੈ ਜਨਮਾਂ ਜਨਮਾਂ ਦੇ ਪਾਪ ਗੁਰੂ ਦੇ ਚਰਨਾਂ ਦਾ ਧਿਆਨ ਦੂਰ ਕਰ ਦਿੱਤਾ, ਪਾਪਾਂ ਦੀ ਮੈਲ ਨੂੰ ਢੋ ਦਿੱਤਾ। ਇਸ ਕਰਕੇ ਗੁਰਸਿੱਖਾਂ ਦੁਨਿਆਵੀ ਬੰਦਿਆਂ ਦੇ ਪੈਰਾਂ ਦਾ ਧਿਆਨ ਨਾ ਕਰਿਆ ਕਰ, ਜੇ ਧਿਆਨ ਕਰਨਾ ਗੁਰੂ ਦੇ ਚਰਨਾਂ ਦਾ ਧਿਆਨ ਕਰਿਆ ਕਰ। ਜੇ ਟੇਕ ਓਟ ਲੈਣੀ ਹੈ ਨਾ ਤਾਂ ਗੁਰੂ ਦੇ ਚਰਨਾਂ ਦੀ ਓਟ ਲੈਣੀ ਲੈਣਾ ਕਰਿਆ ਕਰ, ਫਿਰ ਤੇਰੇ ਸਾਰੇ ਦੁੱਖ ਸਾਰੇ ਲੋਕ ਦੇ ਕਸ਼ਟ ਨਿਵਿਰਤ ਹੋ ਜਾਣਗੇ। ਇਸ ਕਰਕੇ ਚਰਨ ਕਮਲ ਸਰਨ ਚਾਹੀਦੇ। ਇੱਕ ਨਾਮ ਹੈ ਓਟ ਦਾ, ਓਟ ਲੈਣਾ ਕਰ, ਆਸਰਾ ਤੱਕਿਆ ਕਰ ਉਹਨਾਂ ਚਰਨਾਂ ਦਾ ਜਿਹਨਾਂ ਚਰਨਾਂ ਦੀ ਸ਼ਰਨ ਲੈਣ ਦੇ ਨਾਲ ਸਰਨ ਨਾਲ ਤੋਰੀਆਂ ਤੋਂ ਬਾਹਰ ਲਾਜ ਮੋਰੀਆਂ, ਜਿੱਤੇ ਸ਼ਰਨ ਆਏ ਹਨ ਤਿੱਤੇ ਰਾਖ ਲਏ, ਬਿਨਾਂ ਸ਼ਰਨ ਬਾਕੀ ਨਹੀਂ ਔਰ ਓਟਨ ਬਚੇਗਾ ਨਾ ਕੋਈ ਕਰੇ ਕਾਲ ਚੋਟਨ। ਐਸੇ ਉਹ ਮਹਾਨ ਸਤਿਗੁਰੂ ਦੇ ਚਰਨਾਂ ਦਾ ਤੂੰ ਹਮੇਸ਼ਾ ਜੀਵਨ ਵਿੱਚ ਆਸਰਾ ਲੈਣਾ ਹੈ। ਜਿਹੜੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਨੀ ਹੈ, ਇਹ ਦਸ ਗੁਰਾਂ ਦੇ ਚਰਨਾਂ 'ਤੇ ਮੱਥਾ ਟੇਕਣ ਦਾ ਫਲ ਹੈ, ਇਹ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਤੇ ਨਮਸਕਾਰ ਕਰਨ ਦਾ ਫਲ ਹੈ। ਇਸ ਕਰਕੇ ਸਤਿਗੁਰੂ ਦੇ ਚਰਨਾਂ ਕਮਲਾਂ ਦੇ ਚਰਨਾਂ ਦੀ ਓਟ ਹਮੇਸ਼ਾ ਲੈਣਾ ਕਰ, ਸ਼ਰਨ ਲੈਣਾ ਕਰ। ਇਹਨੂੰ ਇਹ ਚਰਨਾਂ ਦੀ ਸ਼ਰਨ ਲੈਣ ਕਰਕੇ ਲੋਕ ਪ੍ਰਲੋਕ ਦਾ ਆਸਰਾ ਬਣ ਜਾਂਦਾ। ਬੰਦਾ ਜਦੋਂ ਦੁਖੀ ਹੁੰਦਾ ਨਾ ਤਾਂ ਮਨੁੱਖ ਕਿਸੇ ਨਾ ਕਿਸੇ ਦਾ ਸੰਤ ਦੀ ਆਸਰਾ ਤੱਕ ਰੱਖਦਾ।
ਆਪਾਂ ਸਤਿਗੁਰੂ ਦਾ ਆਸਰਾ ਧੱਕਣਾ, ਜਿਸ ਆਸਰੇ ਨੂੰ ਧੱਕਣ ਦੇ ਨਾਲ, ਜਿਸ ਸ਼ਰਨ ਵਿੱਚ ਜਾਣ ਨਾਲ ਸਾਰੇ ਦੁੱਖ ਸਾਰੇ ਕਸ਼ਟ ਦੂਰ ਹੋ ਜਾਂਦੇ ਹੈ। ਇਹ ਗੁਰਸਿੱਖ ਉਹਨਾਂ ਚਰਨਾਂ ਦੀ ਸ਼ਰਨ ਲੈਣਾ ਕਰ ਪਾਤਸ਼ਾਹ।
ਸਾਰੇ ਤਰੀਕੇ ਤੂੰ ਇੱਕੋ ਹੀ ਹੈ, ਤੇਰੇ ਤੁਲ ਹੋਰ ਕੋਈ ਨਹੀਂ ਹੈ, ਨਾ ਕੋਈ ਹੋ ਸਕਦਾ। ਇਸ ਕਰਕੇ ਗੁਰਸਿੱਖ ਤੂੰ ਵੀ ਇੱਕ ਵਾਹਿਗੁਰੂ ਪਰਮੇਸ਼ਰ ਦੀ ਜੋ ਸਾਰਿਆਂ ਤੋਂ ਸ਼੍ਰੋਮਣੀ ਹੈ, ਉੱਪਰ ਦਾ ਅਰਥ ਸ਼੍ਰੋਮਣੀ ਹੈ, ਉਸ ਤੋਂ ਉੱਤੇ ਕੋਈ ਨਹੀਂ, ਤੂੰ ਉਸ ਇੱਕ ਵਾਹਿਗੁਰੂ ਦੀ ਓਟ ਲੈਣਾ ਕਰ। ਮੇਰੀ ਆਪਣੀ ਸ਼ਕਤੀ ਆਪਣੀ ਸਮਰੱਥਾ, ਕਹਿੰਦੇ ਤੈਨੂੰ ਭੁਲੇਖਾ, ਬਹੁਤ ਵੱਡਾ ਭੁਲੇਖਾ ਬੰਦੇ ਨੂੰ ਭੁਲੇਖਾ, ਕਹਿੰਦੇ ਜਿਹੜਾ ਤੇਰਾ ਇੱਕ ਇੱਕ ਸਾਹ ਚੱਲਦਾ ਨਾ, ਸਵਾਸ ਚੱਲਦਾ ਤੇਰੇ ਅੰਦਰ, ਤੇਰੇ ਪ੍ਰਾਣ ਚੱਲਦੇ ਆ, ਉਹਨਾਂ ਦਾ ਆਸਰਾ ਵੀ ਵਾਹਿਗੁਰੂ। ਸਿੱਧਾਂ ਨੇ ਵੀ ਸਵਾਲ ਕੀਤਾ ਸੀ ਤਾਂ ਗੁਰੂ ਨਾਨਕ ਦੇਵ ਜੀ ਨੂੰ ਕਿ ਮਹਾਰਾਜ ਜਿਹੜੇ ਸਵਾਸ ਚੱਲਦੇ ਆ ਇਹਨਾਂ ਦੀ ਸ਼ਕਤੀ ਜਿਹੜੀ ਹੈ ਉਹ ਮਨੁੱਖ ਦੇ ਵਿੱਚ ਜੀਵਨ ਕਲਾ ਦਾ ਸੰਚਾਰ ਕਰਦਾ ਹੈ। ਇਸ ਕਰਕੇ ਜਿਹੜੇ ਪ੍ਰਾਣ ਹੈ, ਜਿਹੜੇ ਸਵਾਸ ਚੱਲਦੇ ਹੈ ਨਾ, ਇਹੀ ਸਭ ਤੋਂ ਵੱਡੀ ਸ਼ਕਤੀ ਦਾ ਕੇਂਦਰ ਹੈ। ਪਰ ਕਹਿੰਦੇ ਨਹੀਂ, ਸ਼ਕਤੀ ਦਾ ਕੇਂਦਰ ਜ਼ਰੂਰ ਹੈ ਪਰ ਇਹਨਾਂ ਸਵਾਸਾਂ ਨੂੰ ਚਲਾਉਣ ਵਾਲਾ ਵੀ ਇਹਨਾਂ ਕੋਲ ਭਲੇ ਹੈ। ਮਹਾਰਾਜ ਕਹਿੰਦੇ ਤ੍ਰੈ ਸੱਤ ਉਂਗਲ ਵਾਈ ਆ, ਉਹਨੂੰ ਕਿਸਕਾ ਕੌਣ ਆਉਂਦਾ, ਤ੍ਰੈ ਤੇ ਸੱਤ ਦਸ ਉਂਗਲ, ਜਦੋਂ ਅੰਦਰੋਂ ਸਾਹ ਬਾਹਰ ਆਉਂਦਾ ਨਾ ਆਪਣੇ ਤਾਂ ਦਸ ਉਂਗਲ ਬਾਹਰ ਜਾਂਦਾ। ਮਹਾਰਾਜ ਕਹਿੰਦੇ ਜੇ ਸ਼ਕਤੀ ਨਾ ਹੋਵੇ ਇਹਨਾਂ ਤੋਂ ਉੱਤੇ ਤਾਂ ਆਏ ਸਵਾਸ ਨੂੰ ਵਾਪਸ ਤੋੜ ਕੇ ਅੰਦਰ ਭੇਜਣਾ, ਉਹ ਕਿਹੜੀ ਸ਼ਕਤੀ ਹੈ? ਉਹ ਇੱਕੋ ਸ਼ਕਤੀ ਹੈ ਵਾਹਿਗੁਰੂ ਪਰਮੇਸ਼ਰ, ਜਿਹੜਾ ਇਹਨਾਂ ਨੂੰ ਦੁਬਾਰਾ ਮੋੜ ਕੇ ਅੰਦਰ ਭੇਜ ਦਿੰਦਾ ਤੇ ਸਰੀਰ ਰੂਪ ਮਸ਼ੀਨਰੀ ਚੱਲਦੀ ਰਹਿੰਦੀ ਹੈ ਜਿਹਨਾਂ ਦੇ ਆਸਰੇ। ਇਸ ਕਰਕੇ ਸਵਾਸਾਂ ਦਾ ਆਧਾਰ ਵੀ ਉਹ ਪਰਮ ਪਿਤਾ ਅਕਾਲ ਪੁਰਖ ਵਾਹਿਗੁਰੂ ਹੈ, ਤੇਰੇ ਪ੍ਰਾਣਾਂ ਦਾ ਆਸਰਾ ਵੀ ਉਹ ਵਾਹਿਗੁਰੂ ਹੈ। ਜੇ ਤੂੰ ਦੀ ਓਟ ਲਵੇਂਗਾ ਨਾ ਤਾਂ ਤੇਰੇ ਸਾਰੇ ਦੁੱਖਾਂ ਨੂੰ ਮਿਲਾ ਨਾਸ ਕਰ ਦੇਗਾ, ਤੇਰੇ ਜਿਹੜੇ ਦੁੱਖ ਹੈ ਉਹਨਾਂ ਦਾ ਵੀ ਨਾਸ ਹੋ ਜਾਏਗਾ, ਤੇ ਤੇਰੇ ਇੱਕ ਇੱਕ ਸਾਹ ਵਿੱਚ ਉਸ ਪਰਮਾਤਮਾ ਦੀ ਅਪਾਰ ਸ਼ਕਤੀ ਦਾ ਸੰਚਾਰ ਹੋ ਜਾਏਗਾ ਤੇ ਇੱਕ ਇੱਕ ਸਾਹ ਵਿੱਚ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਉਹ ਸ਼ਕਤੀ ਵਸ ਜਾਏਗੀ ਕਿ ਤੇਰੇ ਜਿਹੜੇ ਸਵਾਸ ਹੈ ਨਾ, ਕੁੰਕੂ ਕੀ ਕਾਇਆ ਰਤਨਾਂ ਦੀ ਲਲਤਾ ਅਗਰ ਵਾਸ ਤਨਸਾ, ਇਹਨਾਂ ਸਵਾਸਾਂ ਵਿੱਚ ਵੀ ਪਰਮਾਤਮਾ ਦੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਬੰਦਗੀ ਦੀ ਮਹਿਕ ਪੈਦਾ ਹੋ ਜਾਏ। ਜਿੱਥੇ ਉਹ ਸਵਾਸ ਲਵੇਗਾ ਨਾ ਉਸ ਵਾਯੂ ਮੰਡਲ ਦੇ ਵਿੱਚੋਂ ਵਾਹਿਗੁਰੂ ਦੀ ਮਹਿਕ, ਵਾਹਿਗੁਰੂ ਦੀ ਖੁਸ਼ਬੋ ਜੀਵਾਂ ਨੂੰ ਮਹਿਸੂਸ ਹੋਏਗੀ, ਉਹਨਾਂ ਨੂੰ ਸੰਸਕਾਰ ਕਰੇ। ਇੱਥੇ ਸਤਿਗੁਰੂ ਰਹੇ 9 ਮਹੀਨੇ 9 ਦਿਨ 9 ਘੜੀਆਂ 9 ਵਾਰ। ਅੱਜ ਸਾਧ ਸੰਗਤ ਜੀ 314 ਸਾਲ ਤੋਂ ਲਗਭਗ ਉੱਤੇ ਸਮਾਂ ਹੋ ਗਿਆ, ਅੱਜ ਵੀ ਉਹ ਸ਼ਕਤੀ ਦਾ ਸੰਚਾਰ ਹੈ ਔਰ ਜੁਗੋ ਜੁਗ ਰਹਿਣਾ। ਇਸ ਕਰਕੇ ਉਹ ਵਾਹਿਗੁਰੂ ਪ੍ਰਾਣਾ ਦਾ ਆਧਾਰ ਵੀ ਹੈ, ਜਦੋਂ ਉਹ ਵਸ ਗਿਆ ਤੇਰੇ ਪ੍ਰਾਣਾ ਵਿੱਚ ਵੀ ਸਵਾਸਾਂ ਵਿੱਚ ਵੀ, ਜਿਨ੍ਹਾਂ ਸਾਸ ਗ੍ਰਾਸ ਨਾਲ ਮਿਸਰੈ ਹਰ ਨਾਮਾ ਮਨ ਮਨ ਧਨ ਸੇ ਸਹੀ ਨਾਨਕਾ ਗੁਰ ਸੋਈ ਸੰਤ, ਤਾਂ ਤੇਰੇ ਸਾਰੇ ਦੁੱਖਾਂ ਦਾ ਵੀ ਨਾਸ਼ ਕਰ ਦੇਗਾ ਵਾਹਿਗੁਰੂ ਦਾ ਨਾਮ, ਜੇ ਤੂੰ ਪ੍ਰਾਣਾ ਦਾ ਆਧਾਰ ਬਣਾ ਲਓ। ਇੱਕ ਇੱਕ ਸਵਾਸ ਵਿੱਚ ਵਾਹਿਗੁਰੂ ਦਾ ਨਾਮ ਜਪੇ ਨਾ ਤੇਰੇ ਸਾਰੇ ਦੁੱਖਾਂ ਦਾ ਨਾਸ਼ ਕਰ ਦੇਵੇਗਾ ਵਾਹਿਗੁਰੂ ਪਰਮੇਸ਼ਰ।
ਗਿਆ, ਤੇਰੀ ਬੁੱਧੀ ਵਿੱਚ ਵਿਵੇਕ ਵੀ ਪੈਦਾ ਕਰਦਾ ਹੈ। ਵਿਵੇਕ ਦਾ ਅਰਥ ਹੈ ਗਿਆਨ, ਵਾਹਿਗੁਰੂ ਪਰਮੇਸ਼ਰ ਦੇ ਮਿਲਾਪ ਦਾ ਗਿਆਨ, ਜਿਹਨੂੰ ਬ੍ਰਹਮ ਗਿਆਨ ਕਿਹਾ ਜਾਂਦਾ ਹੈ, ਉਹ ਵੀ ਤੇਰੇ ਅੰਦਰ ਦੇ ਦੇਵੇਗਾ ਪਰਮਾਤਮਾ। ਭਾਵ ਜੇ ਤੂੰ ਪ੍ਰਾਣਾ ਦਾ ਆਸਰਾ ਨਾਮ ਨੂੰ ਬਣਾ ਲਿਆ ਤਾਂ ਅਗਿਆਨ ਜਾਂ ਦੁੱਖਾਂ ਦਾ ਨਾਸ਼ ਕਰ ਦੇਵੇਗਾ ਵਾਹਿਗੁਰੂ, ਔਰ ਤੈਨੂੰ ਕੀ ਦੇਵੇਗਾ, ਤੇਰੀ ਬੁੱਧੀ ਦੇ ਅੰਦਰ ਆਪਣੇ ਗਿਆਨ ਦਾ ਪ੍ਰਕਾਸ਼ ਕਰ ਦੇਵੇਗਾ। ਤੈਨੂੰ ਵਿਵੇਕ ਬੁੱਧੀ, ਗਿਆਨਾ ਗਿਆਨ ਵਾਲਾ ਵਾਲੀ ਬੁੱਧੀ, ਬ੍ਰਹਮ ਗਿਆਨੀਆਂ ਵਾਲਾ ਤੈਨੂੰ ਉਹ ਮਹਾਨ ਜਿਹੜੀ ਦਾਤ ਹੈ, ਉਹ ਬ੍ਰਹਮ ਗਿਆਨ ਵਾਲਾ ਗਿਆਨ ਤੈਨੂੰ ਪ੍ਰਾਪਤ ਹੋ ਜਾਏ। ਇਸ ਕਰਕੇ ਗੁਰਮੁਖਾਂ ਦੀ ਨਾਮ ਜਪਣ ਵਾਲਿਆਂ ਦੀ ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ ਹੋਇਆ ਕਰਦਾ, ਉਹਨਾਂ ਦੀ ਬੁੱਧੀ ਵਿੱਚ ਵਿਵੇਕ ਹੁੰਦਾ, ਕਿਰਪਾ ਹੁੰਦੀ ਹੈ ਵਾਹਿਗੁਰੂ, ਔਰ ਉਹ ਕਿਹੋ ਜਿਹਾ ਗਿਆਨ ਸਾਧ ਸੰਗਤ ਦੀ ਦੁੱਖ ਸੁੱਖ ਦੇ ਵਿੱਚ ਸਮਾਨ ਗਿਣਤੀ ਵਾਲਾ ਗਿਆਨ। ਤਾਂ ਹੀ ਤਾਂ ਵੱਡੇ ਵੱਡੇ ਕਸ਼ਟ ਆਉਣ ਤੋਂ ਵੱਧ ਵੱਧ ਕੱਟੇ ਗਏ, ਧੜਾਂ ਨਾਲ ਸੀਸ ਲੱਥ ਗਏ, ਪਰ ਉਹਨਾਂ ਦੀ ਅਵਸਥਾ ਸਾਂਭ ਰਹੀ, ਉਹਨਾਂ ਦੇ ਗਿਆਨ ਵਿੱਚ ਕੋਈ ਫਰਕ ਨਹੀਂ। ਇਸ ਕਰਕੇ ਐਸਾ ਵਿਵੇਕ ਤੈਨੂੰ ਪ੍ਰਾਪਤ ਹੋਏਗਾ। ਆਪਣੇ ਸੱਚਖੰਡ ਜਾਣ ਤੱਕ ਉਹਨਾਂ ਨੂੰ ਰੱਖ ਕੇ ਆਪਣੀ ਓਟ ਵਿੱਚ, ਆਪਣੀ ਦੇਖ, ਆਪਣੀ ਸ਼ਰਨ ਵਿੱਚ ਉਹਨਾਂ ਨੂੰ ਤੱਤੀ ਵਾਂ ਨਹੀਂ ਕਿਸੇ ਵੀ ਤਰ੍ਹਾਂ ਦੀ ਲੱਗਣ ਕਰਦਾ, ਐਸੇ ਵਾਹਿਗੁਰੂ ਨੂੰ ਨਮਸਕਾਰ ਕਰਿਆ, ਮੱਥਾ ਟੇਕਿਆ। ਗੁਰੂ ਨੂੰ ਮੱਥਾ ਕਿਉਂ ਟੇਕਣਾ, ਤੇਰੀ ਗੁਰੂ ਲੋਕ ਲੋਕ ਵਿੱਚ ਰੱਖਿਆ ਕਰੇਗਾ, ਉੱਚੀ ਘੜੀ ਨਾਲ ਦੇਖਣ ਲਈ ਆਪਣਾ ਬਿਰ ਦੱਸੋ, ਨਮਸਕਾਰ ਦਾ ਇਹ ਫਲ ਤੈਨੂੰ ਮਿਲੇਗਾ ਅਤੇ ਗੁਰੂ ਤੇਰੀ ਹਮੇਸ਼ਾ ਰੱਖਿਆ ਕਰੇਗਾ, ਹਮੇਸ਼ਾ ਰੱਖਿਆ ਕਰੇਗਾ, ਤੇਰੇ ਕਸ਼ਟ ਕੱਟ ਦੇਵੇਗਾ, ਜਮਾਂ ਦੇ ਵੀ ਕੱਟ ਦੇਵੇਗਾ। ਇਸ ਕਰਕੇ ਐਡਾ ਵੱਡਾ ਦਿਆਲੂ ਹੈ ਜੋ ਹਰ ਤਰ੍ਹਾਂ ਤੇਰੀ ਰੱਖਿਆ ਕਰਨ ਵਾਲਾ, ਉਸ ਨੂੰ ਵੀ ਨਮਸਕਾਰ ਕਰਿਆ ਕਰ, ਮੱਥਾ ਟੇਕਿਆ ਕਰ, ਐਵੇਂ ਨਾ ਹੋਰਾਂ ਹੋਰਾਂ ਥਾਵਾਂ 'ਤੇ ਜਾ ਕੇ ਗੁਰੂ ਨੂੰ ਛੱਡ ਕੇ ਦੁਨੀਆਂ ਦੇ ਦਰਾਂ 'ਤੇ ਜਾ ਕੇ ਮੱਥੇ ਨਾ ਰੱਖਿਆ ਕਰ, ਇੱਕ ਉਸ ਵਾਹਿਗੁਰੂ ਦੇ ਚਰਨਾਂ ਵਿੱਚ ਸਿੱਜਦਾ ਕਰਿਆ ਕਰ, ਨਮਸਕਾਰ ਕਰਿਆ ਕਰ। ਰੱਖਣਾ ਔਰ ਫਿਰ ਤੂੰ ਉਹ ਅਦੁੱਤੀ ਵਾਹਿਗੁਰੂ ਪਰਮੇਸ਼ਰ
ਸਿੱਧਾ ਇੱਕਮਿਤ ਰੂਪ ਹੋ ਜਾਏਗਾ। ਸੰਤ ਰੇਵ ਕਰਮ ਜਗ, ਔਰ ਜਿਹੜੇ ਸੰਤ ਇੱਕ ਦੇ ਉਪਾਸ਼ਕ, ਜਿਹਨਾਂ ਦੀ ਬੁੱਧੀ ਵਿੱਚ ਵਿਵੇਕ ਹੈ, ਬ੍ਰਹਮ ਗਿਆਨ ਹੈ ਜਿਹਨਾਂ ਦੀ ਬੁੱਧੀ ਵਿੱਚ, ਉਹਨਾਂ ਸੰਤਾਂ ਦੀ ਚਰਨ ਰੂਪ ਧੂੜੀ ਦੇ ਵਿੱਚ ਮੱਝਣ ਇਸ਼ਨਾਨ ਕਰਿਆ। ਇਸ਼ਨਾਨ ਕੀ ਕਰਦਾ? ਉਹਨਾਂ ਦੀ ਸੰਗਤ ਕਰਿਆ, ਧੂੜੀ ਮੱਝਣ ਸਾਧ ਕੇ ਸਾਈ ਦੀ ਕਿਰਪਾਲ ਲੱਦੇ ਹੱਟੇ ਮੋਕੜੇ ਨਾਲ ਖਲ ਕਰਨਾ, ਧੂੜੀ ਵਿੱਚ ਲੁਟਦਰੀ ਸੋਹਾਂ ਨਾਲ ਪੈਸੈ ਬਾਗ ਮੱਝਣ ਸੰਸਾਧਨਾ ਧੂੜੀ ਕਰ ਇਸ਼ਨਾਨ। ਕਿਉਂ? ਗੁਰਮੁਖਾਂ ਦੀ, ਗੁਰਸਿੱਖਾਂ ਦੀ ਸੰਗਤ ਦੀ, ਐਸੇ ਸੰਤਾਂ ਮਹਾਂਪੁਰਖਾਂ ਦੀ ਚਰਨ ਧੂੜ ਕੀ ਆ, ਉਹਨਾਂ ਦੀ ਸੰਗਤ ਵਿੱਚ ਰਿਹਾ। ਉਹਨਾਂ ਦੀ ਸੰਗਤ ਵਿੱਚ ਜਾਣ ਨਾਲ ਤੇਰੇ ਜਨਮਾਂ ਜਨਮਾਂ ਦੇ ਪਾਪਾਂ ਦੀ ਮੈਲ ਕੱਟੀ ਜਾਂਦੀ। ਇਸ ਕਰਕੇ ਸੰਤਾਂ ਦੀ ਰੇਣ ਵਿੱਚ, ਚਰਨ ਧੂੜ ਵਿੱਚ ਮੱਝਣ ਇਸ਼ਨਾਨ ਕਰਿਆ ਕਰ। ਮੱਝਣ ਖਾਸ ਦਿਹਾੜੇ ਦਾ ਨਾਮ ਹੈ, ਜਿੱਦਣ ਕੋਈ ਪੁਰਬ ਦਾ ਸਮਾਂ ਆਉਂਦਾ, ਜਦੋਂ ਸਾਰੇ ਜਾ ਕੇ ਤੀਰਥਾਂ 'ਤੇ ਇਸ਼ਨਾਨ ਕਰਦੇ ਕਿ ਆਪਣੇ ਬਹੁਤਾ ਫਲ ਮਿਲੇਗਾ, ਤਾਂ ਜਾ ਕੇ ਕਰਦੇ। ਸੰਤਾਂ ਦੀ ਚਰਨ ਧੂੜ ਵਿੱਚ ਸਦਾ ਹੀ ਮੱਝਣ ਲੱਗਾ, ਸਦਾ ਦਾ ਹੀ ਫਲ ਹੈ। ਇਸ ਤੋਂ ਵੱਡਾ ਮਹਾਤਮ ਹੋਰ ਕੋਈ ਨਹੀਂ, ਗੁਰਮੁਖਾਂ ਗੁਰਸਿੱਖਾਂ ਦੀ, ਜਿਹਨਾਂ ਨੂੰ ਨਾਮ ਨਹੀਂ ਭੁੱਲਦਾ, ਐਸੇ ਬ੍ਰਹਮ ਵੇਦੇ ਜੋ ਵਿਵੇਕੀ ਹੈ, ਉਹਨਾਂ ਦੀ ਚਰਨ ਧੂੜ ਦੇ ਵਿੱਚ ਇਸ਼ਨਾਨ ਕਰਿਆ ਕਰ। ਨਾਨਕ ਪਾਵੈ ਸੁਖ ਅਨੇਕ, ਮੇਰੇ ਸਤਿਗੁਰੂ ਗੁਰਬਾਣੀ ਦੇ ਗੋਹਿਤ ਦੇ ਧਰਮ ਨੂੰ ਅਰਜਨ ਦੇਵ ਸਾਹਿਬ ਜੀ ਪ੍ਰਮਾਣ ਕਰਦੇ ਕਿ ਭਾਈ ਇੱਕ ਸੁੱਖ ਦੀ ਅਨੇਕਾਂ ਸੁੱਖ, ਔਰ ਅਨੇਕਾਂ ਦੀ ਅਣਗਿਣਤ ਸੁੱਖ, ਜਿਹਨਾਂ ਦੀ ਗਿਣਤੀ ਨਹੀਂ ਕਰਕੇ ਦੱਸੀ ਜਾ ਸਕਦੀ। ਉਹ ਲੋਕ ਲੋਕ ਦੇ ਸਾਰੇ ਸੁੱਖਾਂ ਦਾ ਸੁੱਖਾਂ ਜੀਵਨ ਵਿੱਚ ਤੈਨੂੰ ਪ੍ਰਾਪਤ ਹੋ ਜਾਏਗਾ, ਜੇ ਤੂੰ ਮਹਾਂਪੁਰਖਾਂ ਦੀ, ਗੁਰਮੁਖਾਂ ਦੀ ਸੰਗਤ ਵੀ ਕਰੇਗਾ, ਔਰ ਇੱਕ ਮਨ ਇੱਕ ਚਿੱਤ ਹੋ ਕੇ ਮੇਰੇ ਪ੍ਰਭੂ ਨੂੰ ਯਾਦ ਕਰੇਗਾ, ਔਰ ਹਮੇਸ਼ਾ ਉਹਦੇ ਚਰਨਾਂ ਵਿੱਚ ਆਪਣਾ ਸਿੱਜਦਾ ਆਪਣਾ ਸਿਰ ਟਿਕਾਈ ਰੱਖੇਗਾ, ਹਮੇਸ਼ਾ ਦੀ ਨਮਸਕਾਰ। ਤਾਂ ਫਿਰ ਤੈਨੂੰ ਅਣਗਿਣਤ ਸੁੱਖ ਜੀਵਨ ਵਿੱਚ ਪ੍ਰਾਪਤ ਹੋਣਗੇ। ਸੋ ਸਾਧ ਸੰਗਤ ਜੀ, ਅੱਜ ਦਮਦਮੀ ਟਕਸਾਲ ਦਾ ਸਥਾਪਨਾ ਦਿਹਾੜਾ ਹੈ, ਦਾਸ ਦੇਸ਼ ਵਿਦੇਸ਼ ਦੀਆਂ ਸੰਗਤੀਆਂ ਸੰਗਤਾਂ ਨੂੰ, ਆਪ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ, ਜਿੰਨੀਆਂ ਸੰਗਤਾਂ ਨੂੰ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਹਾਜ਼ਰੀ ਭਰੀ ਹੈ ਅਤੇ ਭਰਦੀਆਂ ਹਨ, ਸਾਰਿਆਂ ਦਾ ਰੋਕ ਰੋਕ ਕਰਕੇ ਬਹੁਤ ਬਹੁਤ ਧੰਨਵਾਦ ਹੈ। ਫਿਰ ਮੈਂ ਪੰਥ ਦੀ ਮਹਾਨ ਸੰਸਥਾ, ਜਿਹਨਾਂ ਦੇ ਸਹਿਯੋਗ ਨਾਲ ਇਹ ਦਿਹਾੜੇ ਮਨਾਏ ਜਾ ਰਹੇ ਹਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਮੈਨੇਜਰ ਸਾਹਿਬ ਦਾ, ਉਚੇਚੇ ਤੌਰ 'ਤੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ, ਉਹਨਾਂ ਤੱਕ ਸ਼੍ਰੀ ਦਮਦਮਾ ਸਾਹਿਬ ਜੀ ਦੇ ਜਥੇਦਾਰ, ਮਹਾਨ ਵਿਦਵਾਨ, ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਜੀ, ਹਰਪ੍ਰੀਤ ਸਿੰਘ ਜੀ ਦਾ, ਔਰ ਇਸੇ ਤਰ੍ਹਾਂ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭੰਡਰਾ ਵਾਲਿਆਂ ਦੇ ਭਤੀਜੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਜਥੇਦਾਰ, ਸਨਮਾਨਯੋਗ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ, ਉਹ ਵੀ ਪਹੁੰਚੇ ਹੈ, ਦਮਦਮੀ ਟਕਸਾਲ ਦੇ ਪ੍ਰਸਿੱਧ ਵਿਦਵਾਨ, ਸਤਿਕਾਰਯੋਗ ਗਿਆਨੀ ਹਰਦੀਪ ਸਿੰਘ ਜੀ ਅਨੰਦਪੁਰ ਸਾਹਿਬ ਵਾਲੇ, ਸਨਮਾਨਯੋਗ ਮਹਾਨ ਵਿਦਵਾਨ ਗਿਆਨੀ ਦੀਵਾ ਸਿੰਘ ਜੀ, ਜਥੇਦਾਰ ਭਾਈ ਸੁਖਦੇਵ ਸਿੰਘ ਜੀ, ਇਸੇ ਤਰ੍ਹਾਂ ਭਾਈ ਜਗਤਾਰ ਸਿੰਘ ਜੀ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੋਡਿਆ ਵਾਲੇ, ਹੋਰ ਵੀ ਜਿੰਨੇ ਮੈਂਬਰ ਸਹਿਮਾਨ ਆਏ ਆ ਉਹਨਾਂ ਦਾ ਵੀ, ਔਰ ਮਹਾਂਪੁਰਖਾਂ ਦੇ ਜਨਮ ਸਥਾਨ ਗੁਰਦੁਆਰਾ ਸੰਤ ਖਾਲਸਾ ਤੋਂ ਸਤਿਕਾਰਯੋਗ ਗਿਆਨੀ ਬਲਵਿੰਦਰ ਸਿੰਘ ਜੀ, ਇਸੇ ਤਰ੍ਹਾਂ ਭਾਈ ਸੁਖਦੇਵ ਸਿੰਘ ਜੀ, ਇਸ ਤੋਂ ਇਲਾਵਾ ਸਾਧ ਸੰਗਤ ਜੀ, ਹੋਰ ਵੀ ਜਿੰਨੀਆਂ ਹਸਤੀਆਂ ਮਹਾਂਪੁਰਖ ਪਹੁੰਚੇ ਹੈ, ਮੈਂ ਸਭ ਦਾ ਹੀ ਹਾਰਦਿਕ ਤੌਰ 'ਤੇ ਰੋਕ ਰੋਕ
ਕਰਕੇ ਧੰਨਵਾਦ ਕਰਦਾ, ਕਿਉਂਕਿ ਸਾਰਿਆਂ ਨੇ ਥੋੜ੍ਹਾ ਥੋੜ੍ਹਾ ਸਮਾਂ ਸ਼ਸਤਰਾਂ ਦੇ ਦਰਸ਼ਨਾਂ ਤੋਂ ਉਪਰੰਤ ਅਖੰਡ ਪਾਠ ਸਾਹਿਬ ਦੇ ਧੋਖ ਕੇ ਹਾਜ਼ਰੀ ਭਰ ਕੇ ਆ ਕੇ ਫਿਰ ਇੱਥੇ ਹਾਜ਼ਰੀ ਭਰਨੀ ਹੈ। ਸਾਰੀ ਸੰਗਤ ਨੇ ਫਿਰ ਇੱਥੇ ਆ ਕੇ ਜੋੜਦਾ ਲਗਭਗ 12:00 ਵਜੇ ਤੱਕ ਦੀਵਾਨ ਸਜਣਗੇ, ਰਾਗੀ ਢਾਡੀ ਸਿੰਘ ਗੁਰੂ ਭਾਜਾ ਸਰਵਣ ਕਰਵਾਉਣਗੇ ਅਤੇ ਸੰਗਤਾਂ ਨੇ ਇਸੇ ਤਰ੍ਹਾਂ ਗੁਰੂ ਭਾਜਾ ਸਰਵਣ ਕਰਨਾ। ਹਰ ਸਾਲ ਆਪਾਂ 7, 10, 23 ਸਾਵਣ ਨੂੰ ਇਹਨਾਂ ਦਿਹਾੜਿਆਂ ਅਤੇ ਸੰਪੂਰਨਤਾ ਦੇ ਦਿਹਾੜਿਆਂ ਅਤੇ ਸਤਿਗੁਰੂ ਜੀ ਦੇ ਪਾਵਨ ਬਾਣੀ ਦੀ ਸੰਪੂਰਨਤਾ ਹੋਣ ਦੇ ਦਿਹਾੜਿਆਂ 'ਤੇ ਹਰ ਸਾਲ ਵੱਡੀ ਗਿਣਤੀ ਵਿੱਚ ਸੰਗਤਾਂ ਨੂੰ ਪਾ ਕੇ ਪਹੁੰਚਿਆ ਕਰੋ। ਇਹ ਦਾਸ ਦੀ ਬੇਨਤੀ ਆਪ ਜੀ ਨੇ ਪ੍ਰਵਾਨ ਕਰਨੀ। ਸਾਧ ਸੰਗਤ ਜੀ ਦਮਦਮੀ ਟਕਸਾਲ ਵੱਲੋਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ 15 ਅਗਸਤ ਤੋਂ ਲੈ ਕੇ 15 ਸਤੰਬਰ ਤੱਕ ਦਿੱਲੀ ਦੀ ਧਰਤੀ 'ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ੁੱਧ ਪਾਠ ਬੋਧ ਗੁਰਦੁਆਰਾ ਨਾਨਕ ਰਾਮ ਸਾਹਿਬ ਹੋ ਰਹੇ ਨੇ। ਉਹਨਾਂ ਵਿੱਚ ਪਾਠ ਬੋਧ ਦੇ ਵਿੱਚ ਹਿੱਸਾ ਲੈਣ ਵਾਲੇ, ਗੁਰਬਾਣੀ ਦੀ ਸ਼ੁੱਧ ਸੰਥਿਆ ਲੈਣ ਵਾਲੇ ਭਾਈ ਜਥੇਦਾਰ ਭਾਈ ਸੁਖਦੇਵ ਸਿੰਘ ਜੀ, ਗਿਆਨੀ ਜੀਵਾ ਸਿੰਘ ਜੀ ਔਰ ਗਿਆਨੀ ਹਰਦੀਪ ਸਿੰਘ ਜੀ ਨਾਲ ਸੰਪਰਕ ਕਰੋ ਤਾਂ ਕਿ ਸਾਰਾ ਤੁਹਾਡਾ ਰਹਿਣ ਦਾ ਅਤੇ ਹੋਰ ਇੰਤਜ਼ਾਮ ਕੀਤੇ ਜਾ ਸਕਣ। ਇਸ ਲਈ ਆਪ ਜੀ ਨੇ ਉਹਨਾਂ ਪਾਠ ਬੋਧਾਂ ਦੇ ਵਿੱਚ ਵੀ ਹਿੱਸਾ ਲੈਣਾ। ਇਸੇ ਤਰ੍ਹਾਂ 1 ਅਕਤੂਬਰ ਤੋਂ ਲੈ ਕੇ 6 ਨਵੰਬਰ ਤੱਕ ਸੁਲਤਾਨਪੁਰ ਸਾਹਿਬ ਲੋਧੀ ਵਿਖੇ, ਜਿੱਥੇ ਸਤਿਗੁਰੂ ਜੀ ਨੇ ਗੁਰਬਾਣੀ ਦੀ ਆਰੰਭਤਾ ਕੀਤੀ, ਜਿੱਥੋਂ ਮੂਲ ਮੰਤਰ ਸਾਨੂੰ ਬਖਸ਼ਿਆ ਔਰ ਸਤ ਸੰਗਤ ਜੀ ਸੁਲਤਾਨਪੁਰ ਸਾਹਿਬ ਤੋਂ ਗੁਰਬਾਣੀ ਦੀ ਧੁੰਮ ਹੀ ਔਰ ਤਖਤ ਸ੍ਰੀ ਦਮਦਮਾ ਸਾਹਿਬ ਆ ਕੇ ਗੁਰਬਾਣੀ ਦੀ ਧੁੰਮ ਦੀ ਸੰਪੂਰਨਤਾ ਹੋਈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਹੋਏ ਔਰ ਉੱਥੇ ਆਪਾਂ 9, 10, 11, 12 ਨਵੰਬਰ ਨੂੰ ਸਤਿਗੁਰੂ ਜੀ ਦਾ ਬਹੁਤ ਵੱਡਾ ਗੁਰਪੁਰਬ ਮਨਾ ਰਹੇ ਹਾਂ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਵੱਡੇ ਯਤਨਾਂ ਵਿੱਚ ਸਾਰੀਆਂ ਸਿੱਖ ਜਥੇਬੰਦੀਆਂ ਦਮਦਮੀ ਟਕਸਾਲ ਸੰਤ ਸਮਾਜ ਇਹਨਾਂ ਸੇਵਾਵਾਂ ਵਿੱਚ ਲੱਗਾ ਹੋਇਆ ਹੈ। ਇਸ ਲਈ ਗੁਰਦੁਆਰਾ ਹੱਟ ਸਾਹਿਬ ਸੁਲਤਾਨਪੁਰ ਸਾਹਿਬ ਵਿਖੇ 1 ਅਕਤੂਬਰ ਤੋਂ ਲੈ ਕੇ 6 ਨਵੰਬਰ ਤੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ੁੱਧ ਪਾਠ ਬੋਧ ਦਮਦਮੀ ਟਕਸਾਲ ਵੱਲੋਂ ਕੀਤੇ ਜਾਣੇ ਆ, ਉਹਨਾਂ ਵਿੱਚ ਵੀ ਤੁਸੀਂ ਹੁਕਮਾਂ ਦੇ ਦਰਸ਼ਨ ਦੇਣੇ ਆ ਔਰ ਇਸ ਤੋਂ ਇਲਾਵਾ ਸੈਮੀਨਾਰ ਵੀ ਕੀਤੇ ਜਾਣੇ, ਉਹਨਾਂ ਵਿੱਚ ਵੀ ਸਾਰੀਆਂ ਤਰੀਕਾਂ ਦੱਸੀਆਂ ਜਾਣਗੀਆਂ। ਔਰ ਦਮਦਮੀ ਟਕਸਾਲ ਦਾ ਵਰਤਮਾਨ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਦਾ 22, 23, 24, 25 ਅਕਤੂਬਰ ਨੂੰ 50 ਸਾਲਾ ਸਥਾਪਨਾ ਦਿਹਾੜਾ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਮਨਾਇਆ ਜਾ ਰਿਹਾ ਹੈ। ਉਦੋਂ ਵੀ ਸੰਗਤਾਂ ਨੇ ਹੁਕਮ ਪਾ ਕੇ ਪਹੁੰਚਣਾ, ਜਿੰਨੀਆਂ ਦੂਰੋਂ ਦੂਰੋਂ ਸੰਗਤਾਂ ਆਈਆਂ ਇਲਾਕੇ ਵਿੱਚੋਂ ਆਈਆਂ ਸਭ ਦਾ ਹੀ ਰੋਮ ਰੋਮ ਕਰਕੇ ਧੰਨਵਾਦ ਹੈ। ਭੁੱਲਾਂ ਚੁੱਕਾਂ ਜਮ੍ਹਾਂ ਕਰਨੀਆਂ ਤੇ ਹਾਜ਼ਰੀ ਪ੍ਰਵਾਨ ਕਰਨੀ ਹੈ। ਨਮਸਕਾਰ ਰੱਖਣਹਾਰ
ਪਰਾ